ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ i day. ਨਾਨਕ ਬਲਹਾਰੀ ਦੁਖ ਹੈ ਮਾਰੇ ਬਖਸ਼ਿਆਨਾ ਆਪਣੀ ਕਲਹਾਰੇ ਮਨ ਪਾਛਤ ਫਲ ਜਿਤ ਅਨ फतेह वाहू जी का खालसा वाहगुरु जी की फतेह इस अज के पावन पवित्र महाफरमान फरमान अज देनामा साहब जी ਸਤਗੁਰ ਜੀ ਦੇ ਲਈ ਨਹੀਂ ਨਾਮੁਰ ਕਰਦੀ ਹੈ ਸ਼ੁਰੂ ਅਜ ਦੇ ਹਕਮਨਾਮਾ ਸਾਹਿਬ ਜੀ ਦੀ ਵਿਚਾਰ ਬਾਤ ਅਜ ਜੀ ਦਾ ਪਾਵਨ ਪਵਿੱਤਰ ਮਹਾ ਫਰਮਾਨ ਬਿਲਾਵਲ ਰਾਗ ਦੇ ਵਿੱਚ ਪਾਛੇ ਪੰਚਮ ਸ਼ਹੀਦ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਮubarək ਪਵਿੱਤਰ ਬਾਣੀ ਦੇ ਵਿੱਚ ਬਖਸ਼ਿਸ਼ ਹੋਇਆ ਹੈ ਬਿਲਾਵਲ ਰਾਗ ਦੇ ਵਿੱਚ ਅਜ ਦੇ ਹਕਮਨਾਮਾ ਸਾਹਿਬ ਜੀ ਦੀ ਪਾਵਨ ਬਖਸ਼ਿਸ਼ਨਾ ਹੈ ਪਾਵ ਅਗਰ ਕੋ ਰਾਗੀ ਜਨ ਕੋਈ ਗਾਇਕ ਜਨ ਅਜ ਦੇ ਹਕਮਨਾਮਾ ਸਾਹਿਬ ਜੀ ਦੀ ਪਾਵਨ ਗਾਇਨਾ ਕਰਨੀ ਚਾਹਣ ਤਾਂ ਸਤਗੁਰਾਂ ਵੱਲੋਂ ਮਿੱਥਿਆ ਹਕਮਨ ਰਾਗ ਰਾਗ ਬਿਲਾਵਲ ਹੈ ਮਹੱਲਾ ਪੰਜਵਾਂ ਦਾ ਅਰਥ ਹੈ ਪਾਚੇ ਪੰਜਮ ਸ਼ਹੀਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਗੁਰਗ੍ਰੰਥ ਸਾਹਿਬ ਜੀ ਦੇ ਪਾਵਨ ਸ਼ੋਭੰਗ ਨੰਬਰ 19819 ਤੇ 820 ਜਿੱਥੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਸੁਭਾਇਮਾਨ ਨੇ ਬਿਰਾਜਮਾਨ ਨੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਪਹਿਲੀ ਹੀ ਮੁਬਾਰਕ ਪੰਕਤੀ ਦਸੰਬੰਧ ਰਹਾਉ ਦੇ ਨਾਲ ਹੈ ਰਹਾਉ ਕੇਂਦਰੀ ਭਾਵ ਹੈ ਸੈਂਟਰਲ ਆਈਡੀਆ ਪਾਪ ਜਿੱਥੇ ਸਤਿਗੁਰ ਨੇ ਜੋ ਕਹਿਣਾ ਹੁੰਦਾ ਹੈ ਉਹ ਰਹਾਉ ਦੀ ਮੁਬਾਰਕ ਪੰਕਤੀ ਦੇ ਵਿੱਚ ਕਿਹਾ ਔਰ ਸਮਝਾਇਆ ਜਾਂਦਾ ਹੈ। ਬਾਕੀ ਦੀਆਂ ਪਾਵਨ ਪੰਕਤੀਆਂ ਉਸ ਗੱਲ ਨੂੰ ਸਮਝਾਉਣ ਦੇ ਲਈ ਪ੍ਰੋੜਤਾ ਦੇ ਲਈ ਹੁੰਦੀਆਂ ਨੇ। ਰਹਾਉ ਦੀ ਮੁਬਾਰਕ ਪੰਕਤੀ ਹੈ ਆਪਣੇ ਬਾਲਕ ਆਪ ਰਖਿਐਨ। ਪਾਰ ਬ੍ਰਹਿਮ ਗੁਰਦੇਵ। ਸੁਖ ਸ਼ਾਂਤ ਸਹਿਜ ਆਨੰਦ ਭੈ ਪੂਰਨ ਭਈ ਸੇ ਰਹਾਉ। ਆਪਣੇ ਬਾਲਕ ਆਪ ਰੱਖਣ ਮਾਲਕ ਅਕਾਲਪੁਰਖ ਆਪ ਰੱਖੇਗਾ ਪਾਵ ਜਿਹੜਾ ਉਸ ਅਕਾਲਪੁਰਖ ਦਾ ਬਾਲਕ ਹੋ ਜਾਏਗਾ ਹਮ ਬਾਰ ਤੂ ਗੁਰਪਤਾ ਹੈ ਅਸਲ ਦੇ ਵਿੱਚ ਮਾਲਕ ਹੋ ਜਾਣਾ ਇੱਕ ਪ੍ਰੇਮ ਦੀ ਨਿਸ਼ਾਨੀ ਹੈ ਉਸ ਅਕਾਲਪੁਰਖ ਦਾ ਪੁੱਤਰ ਹੋ ਜਾਣਾ ਹੁਣ ਸਤਿਗੁਰੂ ਜੀ ਪਵਿੱਤਰ ਬਾਣੀ ਦੇ ਵਿੱਚ ਜਦੋਂ ਗੱਲ ਕਰਦੇ ਨੇ ਬਾਲਕ ਦੀ ਬਾਲਕ ਹੋ ਜਾਣ ਦੀ ਤਾਂ ਫਰਮਾਨ ਕੀ ਹੈ ਕਿ ਬਾਲਕ ਹੈ ਕੌਣ ਅਖਰੀ ਅਰਥਾਂ ਦੇ ਵਿੱਚ ਬਾਲਕ ਪੁੱਤਰ ਹੈ ਲੇਕਿਨ ਅੰਤਰੀਵ ਭਾਵਨਾ ਦੇ ਵਿੱਚ ਜੇ ਜਾਈਏ ਤਾਂ ਆਪਾਂ ਅਕਾਲ ਪੁਰਖ ਦੇ ਬਾਲਕ ਹੋਣ ਦੀ ਗੱਲ ਸਮਝਣੀ ਹੈ ਕਿ ਕਿ ਸਤਗੁਰ ਨੇ ਜਿਸ ਵਕਤ ਮੁਨੱਖ ਦੇ ਜਨਮ ਦੀ ਗੱਲ ਕੀਤੀ ਹੈ ਤਾਂ ਪਹਿਲੇ ਪਹਿਰੇ ਦੇ ਵਿੱਚ ਭਾਵ ਪਹਿਲੀ ਅਵਸਥਾ ਦੇ ਵਿੱਚ ਬਾਲਕਪਨ ਦੀ ਗੱਲ ਕੀਤੀ ਹੈ ਪਹਿਲੇ ਪਹਿਰੇ ਰਣਕੇ ਬਣਜਾਰੀਆ ਮਿਤਰਾ ਬਾਲਕ ਬੁੱਧ ਅਚੇਤ ਲੇਕਿਨ ਇੱਥੇ ਜਿਹੜਾ ਸ਼ਬਦ ਬਾਲਕ ਹੈ ਅਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਔਰ ਜਿਹੜੀ ਹੁਣ ਮੁਬਾਰਕ ਪੰਕਤੀ ਮੈਂ ਪੜ੍ਹੀ ਹੈ ਇਸ ਦੇ ਵਿੱਚ ਬਾਲਕ ਦੇ ਸ਼ਬਦ ਦਾ ਸੰਕੇਤ ਜਾਂ ਪ੍ਰਤੀਕਾਤਮਕ ਮਤਲਬ ਥੋੜਾ ਜਿਹਾ ਡਿਫਰੈਂਟ ਹੈ ਫਰਕ ਹੈ ਜਿਵੇਂ ਛੋਟੇ ਬੱਚੇ ਦੀ ਬੁੱਧ ਬਿਵੇਕ ਹੈ ਇਸੇ ਮਕਨ ਅਚੇਤ ਹੈ ਛੋਟਾ ਬੱਚਾ ਜਨਮ ਦੇ ਅਸਾਰ ਜਾਂ ਜਿਸ ਵਕਤ ਬੱਚਾ ਰਣਾ ਤੁਰਨਾ ਸ਼ੁਰੂ ਕਰਦਾ ਹੈ ਉਸ ਵਕਤ ਉਸ ਨੂੰ ਕੋਈ ਮਾਇਆ ਦਾ ਇਹਨਾਂ ਗਿਆਨ ਨਹੀਂ ਹੁੰਦਾ ਲੇਕਿਨ ਜਿਉਂ-ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ ਮਾਇਆ ਦੇ ਵਿੱਚ ਉਹ ਆਪਣੇ ਆਪ ਨੂੰ ਗੁੜਚ ਕਰੀ ਜਾਂਦਾ ਹੈ ਮਾਇਆ ਤੋਂ ਮੇਰਾ ਮਤਲਬ ਕਰੰਸੀ ਨਹੀਂ ਇਸਤੇ ਬਾਰੇ ਆਪਾਂ ਕਾਫੀ ਵਾਰੀ ਵਿਚਾਰ ਕਰ ਚੁੱਕੇ ਹਾਂ ਮਾਇਆ ਮੋਹ ਦੀਆਂ ਉਹ ਵਸਤੂਆਂ ਨੇ ਜਿਨ੍ਹਾਂ ਦੇ ਵਿੱਚ ਮਨੁੱਖ ਲੱਗ ਕੇ ਆਪਣੇ ਆਪ ਨੂੰ ਮਾਇਤਾਰੀ ਆ ਮਾਇਕ ਕਰ ਲੈਂਦਾ ਹੈ ਜਿਵੇਂ ਸਤਗੁਰ ਨੇ ਕਿਹਾ ਦਸੀ ਮਾਸੀ ਹੁਕਮ ਬਾਲਕ ਜਨਮਿਆ ਇਹ ਬਾਲਕ ਉਸ ਬਾਲਕ ਦਾ ਪ੍ਰਤੀਕ ਹੈ ਜਿਹੜਾ ਸਰੀਰ ਰੂਪ ਧਾਰ ਕੇ ਸੰਸਾਰ ਦੇ ਵਿੱਚ ਆਉਂਦਾ ਕਿਉਂਕਿ ਮਨੁੱਖ ਬਾਲਕ ਦੇ ਰੂਪ ਦੇ ਵਿੱਚ ਹੀ ਸੰਸਾਰ ਦੇ ਵਿੱਚ ਆਉਂਦਾ ਹੈ ਹੁਣ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਵਕਤ ਬਾਲਕ ਛੋਟਾ ਬੱਚਾ ਜਿਹੜਾ ਮੋਹਤ ਹੋ ਰਹਤ ਹੈ ਆਤਮਕ ਅਵਸਥਾ ਐਸੀ ਹੀ ਹੋ ਜਾਵੇ ਕਿ ਤਾਂ ਉਮਰ ਮੈਂ ਮੋਹਤ ਰਹਤ ਰਹਾ ਔਰ ਐਸੀ ਅਵਸਥਾ ਦੇ ਵਿੱਚ ਮਨੁੱਖ ਉਸ ਗੁਰਪਿਤਾ ਦਾ ਬਾਲਕ ਹੋ ਕੇ ਰਹੇ ਕਿਉਂਕਿ ਮੋਹ ਦੀ ਅਵਸਥਾ ਤੋਂ ਉੱਚੇ ਉੱਠ ਕੇ ਹੀ ਉਸ ਅਕਾਲਪੁਰਖ ਦੇ ਪਿਤਾ ਹੋਣ ਦਾ ਮਾਣ ਮਨੁੱਖ ਹਾਸਲ ਕਰ ਸਕਦਾ ਪ੍ਰਾਪਤ ਕਰ ਸਕਦਾ ਜੀਵੇ ਸਤਗੁਰੂ ਜੀ ਨੇ ਕਿਹਾ ਕਿ ਜਿਹੜਾ ਫਿਰ ਬਾਲਕ ਹੋ ਜਾਂਦਾ ਉਸ ਬਾਲਕ ਦੇ ਲਈ ਪਿਤਾ ਕਿਰਪਾਲ ਦੀ ਆਗਿਆ ਕੀ ਹੈ ਪਿਤਾ ਕਿਰਪਾਲ ਆਗਿਆ ਇਹ ਦੇਣੀ ਬਾਰਕ ਮੁਖ ਮੰਗੇ ਸੋ ਦੇਣਾ ਇਹ ਗੱਲ ਮੈਂ ਇਸ ਕਰਕੇ ਆਪ ਜੀ ਦੇ ਚਰਣਾ ਦੇ ਨਾਲ ਸਾਂਝੀ ਕਰ ਰਿਹਾ ਕਿਉਂਕਿ ਸਤਗੁਰ ਨੇ ਅੱਗੇ ਨਿਸ਼ਕਰਸ਼ ਜਿਹੜਾ ਦਿੱਤਾ ਉਸ ਦੇ ਵਿੱਚ ਪਾਤਸ਼ਾਹ ਕਹਿੰਦੇ ਮਨ ਬਾਣਚਿਤ ਫਲ ਦਿੱਤੀ ਹਨ ਨਾਨਕ ਬਲਿਹਾਰੀ ਹੁਣ ਪਿਤਾ ਕਿਰਪਾਲ ਆਗਿਆ ਕੀਨੀ ਇਦਿਨੀ ਬਾਰਕ ਮੁਖ ਮੰਗੇ ਸੋ ਦੇਣਾ ਬਾਰਕ ਜੋ ਮੁਖਤ ਮੰਗੇ ਉਹ ਉਸ ਨੂੰ ਦੇ ਦੇਣਾ ਇਹ ਆਗਿਆ ਹੋ ਗਈ ਤਾਂ ਕੇਮਾ ਕਰਨੀ ਜਿਹੜਾ ਬਾਰਕ ਹੋ ਗਿਆ ਉਸ ਅਕਾਲਪੁਰਖ ਦਾ ਉਹ ਹੁਣ ਮੁਖੋਂ ਮੰਗੇਗਾ ਕੀ ਜਿਹੜਾ ਬਾਰਕ ਹੋ ਗਿਆ ਉਸ ਅਕਾਲਪੁਰਖ ਦਾ ਉਹ ਮੁਖੋਂ ਮੰਗੇਗਾ ਕੀ ਕਿਹੜੀ ਚੀਜ਼ ਮੰਗੇਗਾ ਕਿਹੜੀ ਚੀਜ਼ ਚਾਹੇਗਾ ਪੇਤਾ ਕਿਰਪਾਲ ਆਗਿਆ ਦੇਣੀ ਬਾਰਕ ਮੁਖ ਮੰਗੇ ਸੋ ਦੇਣਾ ਸਤਿਗੁਰੂ ਜੀ ਕਹਿੰਦੇ ਨਾਨਕ ਬਾਰਕ ਹੁਣ ਬਾਰਕ ਮੰਗਦਾ ਕੀ ਹੈ ਨਾਨਕ ਬਾਰਕ ਦਰਸ ਪ੍ਰਭ ਚਾਹੇ ਮੋ ਹਿਰਦੇ ਵਸੇ ਨਿਤ ਜਰਨਾ ਬਾਰਕ ਕੇਵਲ ਦਰਸ਼ਨ ਮੰਗਦਾ ਕਿਉਂਕਿ ਜਿਹੜਾ ਪੁੱਤਰ ਹੋ ਗਿਆ ਉਸ ਅਕਾਲਪੁਰਖ ਦਾ ਤੇ ਪੁੱਤਰ ਹੋਣ ਦੇ ਹਿਸਾਬ ਦੇ ਨਾਲ पिता दिनिया भी वस्तुआ नेटोमैटिकली पुत्र हो गई तो फिर कि चीज़ मैं मंगा हो नानक बारक दरस प्रभ चाहे मोहिरद बसेने चरना बालक ने केवल एक दरस मंगे दर्शन क्यों मंगे क्योंकि जाहिर तौर पर दर्शन दी ही प्यास है और दर्शना करके ही जीवना है ਤੋ ਸਪਸ਼ਟ ਰੂਪ ਦੇ ਵਿੱਚ ਜਿਹੜੀ ਗੱਲ ਆਪਾਂ ਇਹਦੇ ਵਿੱਚ ਸਮਝਣ ਦੀ ਹੈ ਉਹ ਹੈ ਆਪਣੇ ਬਾਲਕ ਆਪ ਰੱਖਿਓ ਨ ਜਿਹੜਾ ਬਾਲਕ ਹੋ ਜਾਏਗਾ ਉਸ ਅਕਾਲਪੁਰਖ ਦਾ ਉਸ ਨੂੰ ਉਹ ਆਪ ਰੱਖੇਗਾ ਕਿਉਂਕਿ ਬਾਲਕ ਨੂੰ ਆਪਣੇ ਪਿਤਾ ਪਰਮਾਨ ਹੈ ਔਰ ਪਿਤਾ ਵੀ ਬਾਲਕ ਦੀ ਪਿਤਪਾਲਣਾ ਕਰਦਾ ਹੈ ਹੁਣ ਜ਼ਾਹਿਰ ਤੌਰ ਪਰ ਪਿਤਾ ਕਿਸੇ ਭੇਦ ਭਾਵ ਦੇ ਨਾਲ ਥੋੜੀ ਆਪਣੇ ਬਾਲਕ ਦੀ ਪਿਤਪਾਲਣਾ ਕਰੇਗਾ ਔਰ ਪਿਤਾ ਪਿਤਾ ਪਾਲਣਾ ਕਰਦਾ ਹੈ ਬਾਲਕ ਦੀ ਜਿਸ ਤਰੀਕੇ ਦੇ ਨਾਲ ਕਰਦਾ ਹੈ ਜਿਸ ਢੰਗ ਦੇ ਨਾਲ ਕਰਦਾ ਹੈ ਔਰ ਜਿਸ ਪ੍ਰੀਤ ਦੇ ਨਾਲ ਕਰਦਾ ਹੈ ਕਿਉਂਕਿ ਜ਼ਾਹਰ ਤੌਰ ਪਰ ਪਿਤਾ ਪ੍ਰੀਤ ਦੇ ਨਾਲ ਹੀ ਪੁੱਤਰ ਦੀ ਪਿਤਪਾਲਨਾ ਕਰੇਗਾ ਤਾਂ ਅਕਾਲਪੁਰਖ ਦਾ ਜਿਹੜਾ ਪੁੱਤਰ ਹੋ ਗਿਆ ਉਸ ਦੀ ਪਿਤਪਾਲਨਾ ਪ੍ਰੀਤ ਦੇ ਨਾਲ ਹੀ ਫਿਰ ਹੋਵੇਗੀ ਜ਼ਾਹਰ ਤੌਰ ਉਪਰ ਪ੍ਰਮਾਤਮਾ ਉਸ ਦੀ ਪਿਤ ਪਾਲਣਾ ਫਿਰ ਪ੍ਰੀਤ ਦੇ ਨਾਲ ਹੀ ਕਰੇਗਾ ਤਾਂ ਬੜੀ ਸਪਸ਼ਟ ਗੱਲ ਹੈ ਬੜੇ ਸਪਸ਼ਟ ਰੂਪ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਸ ਵਕਤ ਪ੍ਰਾਣੀ ਕਿਉਂਕਿ ਸਤਿਗੁਰਾਂ ਨੇ ਦੋ ਅਵਸਥਾ ਦੇ ਵਿੱਚ ਜੀਵ ਰੂਪੀ ਇਸ ਪ੍ਰਾਣੀ ਨੂੰ ਦੇਖਿਆ ਇੱਕ ਜੀਵ ਆਤਮਾ ਸੋਹાગਣ ਔਰਤ ਦੇ ਰੂਪ ਦੇ ਵਿੱਚ ਹੈ ਔਰ ਇੱਕ ਪ੍ਰਾਣੀ ਉਸ ਪਰਮਾਤਮਾ ਦੇ ਪੁੱਤਰ ਦੇ ਰੂਪ ਦੇ ਵਿੱਚ ਹੈ ਕਿਉਂਕਿ ਗੁਰਮਤ ਦੇ ਵਿੱਚ ਪਰਮਾਤਮਾ ਦੇ ਹਰ ਇੱਕ ਉਸ ਰੂਪ ਦੇ ਵਿੱਚ ਦੇਖਣ ਦੀ ਗੱਲ ਹੈ ਜਿਹੜੇ ਸੰਸਾਰ ਕ੍ਰਿਸ਼ਤਿਆਂ ਦੇ ਵਿੱਚ ਅਸੀਂ ਰੂਪ ਦੇਖਦੇ ਹਾਂ ਜਿਵੇਂ ਪਿਤਾ ਮਾਤਾ ਪਿਤਾ ਪੁੱਤਰ ਹੁਣ ਇਹਨਾਂ ਸਾਰੀਆਂ ਹੀ ਰੂਪਾਂ ਦੇ ਵਿੱਚ ਇੱਕ ਰੂਪ ਪਰਮਾਤਮਾ ਦਾ ਅਕਾਲਪੁਰਖ ਦਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਪ੍ਰਾਤਾ ਕਿਉਂਕਿ ਆਮ ਜ਼ਿੰਦਗੀ ਦੇ ਵਿੱਚ ਮਨੁੱਖ ਕਈ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਪਿਤਾ ਨਾਲ ਤਕਰਦਾ ਆਪਣੀ ਮਾਤਾ ਨਾਲ ਨਹੀਂ ਕਰਦਾ ਕਈ ਗੱਲਾਂ ਐਸੀਆਂ ਆਪਣੀ ਮਾਤਾ ਨਾਲ ਤਕਰਦਾ ਪਿਤਾ ਨਾਲ ਨਹੀਂ ਕਰਦਾ ਕਈ ਗੱਲਾਂ ਐਸੀਆਂ ਭੈਣਾ ਭਰਾਵਾਂ ਨਾਲ ਤਕਰਦਾ ਪਰ ਮਾਤਾ ਪਿਤਾ ਨਾਲ ਨਹੀਂ ਕਰਦਾ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਮਿੱਤਰਾਂ ਦੇ ਨਾਲ ਕਰਦਾ ਹੈ ਪਰ ਪਰਿਵਾਰ ਦੇ ਨਾਲ ਨਹੀਂ ਕਰਦਾ ਆਮ ਜ਼ਿੰਦਗੀ ਦੇ ਵਿੱਚ ਸਤਿਗੁਰ ਕਹਿੰਦੇ ਨੇ ਕਿ ਤੈਨੂੰ ਖੋਲ ਹੈ ਤੂੰ ਜਿਸ ਰਿਸ਼ਤੇ ਦੀ ਜਿਸ ਰਿਸ਼ਤੇ ਦੇ ਨਾਲ ਵੀ ਗੱਲ ਕਰਨਾ ਚਾਹੁੰਦਾ ਹੈ ਤੂੰ ਅਕਾਲ ਪੁਰਖ ਪਰਮਾਤਮਾ ਨਾਲ ਕਰ ਸਕਦਾ ਹੈ ਕਿਉਂਕਿ ਤੂੰ ਮੇਰਾ ਪਿਤਾ ਉਹ ਹਰ ਰਿਸ਼ਤੇ ਦੇ ਵਿੱਚ ਮੌਜੂਦ ਹੈ ਤੋ ਪਿਤਾ ਇੱਕ ਪੁੱਤਰ ਨੂੰ ਪਾਲਦਾ ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬਾਲਕ ਪਿਤਾ ਉੱਪਰ ਮਾਨ ਕਰਦਾ ਹੈ ਔਰ ਪਿਤਾ ਜਿਹੜਾ ਹੈ ਨਾ ਉਹ ਬਾਲਕ ਨੂੰ ਕਿਸ ਪਿਆਰ ਦੇ ਨਾਲ ਪਾਲਦਾ ਹੈ ਸਤਗੁਰ ਨੇ ਬਾਲਕ ਦੀ ਜਿਸ ਵਕਤ ਜ਼ਿਕਰ ਕੀਤਾ ਆਪਣੀ ਪਵਿੱਤਰ ਬਾਣੀ ਦੇ ਵਿੱਚ ਤਾਂ अनेका ਥਾਂ ਤੇ ਪ੍ਰਭ ਬਾਲਕ ਰਾਖੇ ਆਪੇ ਨੇ ਕਿਨਾਲ ਇਹ ਵੀ ਕਿਹਾ ਜੈਸਾ ਬਾਲਕ ਪਾਈ ਸੁ ਪਾਈ ਲੱਖ ਅਪਰਾਧ ਕਮਾਵੇ ਬਹੁ ਉਪਦੇਸ਼ ਛਿਰਕੇ ਬੋਪਾਤ ਬਹੁੜ ਪਿਤਾ ਗੱਲਾਵੇ ਪਿਤਾ ਬਾਲਕ ਨੂੰ ਛਿੜਕਦਾ ਵੀ ਹੈ ਬਾਲਕ ਪਿਤਾ ਦੇ ਛਿੜਕਣ ਤੋਂ ਬਾਅਦ ਨਰਾਜ਼ ਹੋ ਜਾਂਦਾ ਹੈ ਪਿਤਾ ਦੇ ਨਾਲ ਕਿ ਮੈਨੂੰ ਛਿੜਕਿਆ ਕਿਉਂ ਲੈਕਿਨ ਪਿਤਾ ਛਿੜਕ ਕਿਉਂ ਰਿਹਾ ਹੈ ਪਿਤਾ ਛਿੜਕ ਰਿਹਾ ਕਿਉਂਕਿ ਉਹ ਉਸਦੇ ਨਾਲ ਪਿਆਰ ਕਰਦਾ ਹੈ ਉਸ ਨੂੰ ਸੁਧਾਰਨਾ ਚਾਹੁੰਦਾ ਹੈ ਉਸ ਨੂੰ ਸੰਵਾਰਨਾ ਚਾਹੁੰਦਾ ਹੈ ਐਸੇ ਕਰਕੇ ਸਤਗੁਰ ਨੇ ਕਹਿਆ ਨਾ ਗੁਰ ਛਿੜਕੇ ਤੋਂ ਮਿੱਠਾ ਲਾਗੇ ਉਹ ਮੈਨੂੰ ਮਿੱਠਾ ਲੱਗਦਾ ਏ ਛਿੜਕਦਾ ਕਿਉਂ ਕਿ ਮੈਨੂੰ ਉਸਦੇ ਪਹਾੜੇ ਦੇ ਵਿੱਚੋਂ ਆਪਣੇ ਕਰਮ ਸਿਧਾਂਤ ਦਾ ਫਲਸਫਾ ਸਮਝ ਲੱਗਦਾ ਹੈ ਕਿ ਇਹ ਮੇਰੇ ਹੀ ਕੋਈ ਕਰਮ ਹੋਣਗੇ ਜਿਹੜੀ ਮੈਨੂੰ ਆ ਛਿੜਕ ਪਈ ਹੈ ਮੇਰੀ ਗਲਤੀ ਹੋਏਗੀ ਤਾਂ ਹੀ ਛਿੜਕ ਪਈ ਹੈ ਨਾ ਅਨਿਆਤਾ ਕਾਦਲੀ ਛਿੜਕਣਾ ਪਤਾ ਨਹੀਂ ਤਾਂ ਜਿਹੜਾ ਇਸ ਗੱਲ ਨੂੰ ਸੋਚ ਲੈਂਦਾ ਉਸ ਨੂੰ ਛਿੜਕ ਮਿੱਠੀ ਲੱਗਦੀ ਹੈ ਕਿ ਹਾਂ ਮੈਨੂੰ ਸੁਧਾਰਨਾ ਚਾਹੁੰਦਾ ਪਰ ਬਾਲਕ ਦੀ ਇਹ ਅਵਸਥਾ ਹੀ ਨਹੀਂ ਹੁੰਦੀ ਕਿ ਮੈਂ ਕਰਨੀ ਇੱਕ ਵਿਦਿਆਰਥੀ ਵੀ ਜਿਵੇਂ ਹੈ ਇੱਕ ਅਧਿਆਪਕ ਉਸ ਨੂੰ ਡਾਂਟਦਾ ਹੈ ਲੇਕਿਨ ਡਾਂਟਦਾ ਕਿਉਂ ਕਿਉਂਕਿ ਉਹ ਉਸ ਦਾ ਸੁਧਾਰ ਕਰਨਾ ਚਾਹੁੰਦਾ ਪਰ ਉਹ ਅਧਿਆਪਕ ਦਾ ਡਾਂਟਿਆ ਵਿਦਿਆਰਥੀ ਨੂੰ ਚੰਗਾ ਨਹੀਂ ਲੱਗਦਾ ਉਹ ਨਰਾਜ਼ ਹੋ ਜਾਂਦਾ ਤਾਂ ਸਤਿਗੁਰ ਕਹਿੰਦੇ ਨੇ ਕਿ اسی અવસ્થા ਦੇ ਵਿੱਚ ਜੇ ਬਾਲਕ ਸਮਝ ਜਾਵੇ ਕਿ ਰੱਖਣ ਵਾਲਾ ਕੇਵਲ ਮੈਨੂੰ ਪਾਰਬ੍ਰਮ ਹੈ ਇਸ ਕਰਕੇ ਰੱਖਣ ਦੀ ਇਸ ਕਿਰਿਆ ਦੇ ਵਿੱਚ ਉਹ ਪ੍ਰੀਤ ਕਰਦਾ ਪਿਆਰ ਕਰਦਾ ਔਰ ਪਿਆਰ ਦੀ ਭਾਵਨਾ ਦੇ ਨਾਲ ਅਗਰ ਮੇਰੀ ਗਲਤੀ ਦੀ ਡਾਂਟ ਮੈਨੂੰ ਮਿਲਦੀ ਹੈ ਝਿੜਕ ਮੈਨੂੰ ਮਿਲਦੀ ਹੈ ਤਾਂ ਮੈਂ ਉਸ ਨੂੰ ਵੀ ਸਮਝਾਂ ਤੋਂ ਸਤਗੁਰ ਅਵਸਥਾ ਬਾਲਕ ਦੀ ਰੱਖ ਕੇ ਯਾਨੀ ਕਿ ਇੱਕ ਪਾਸੇ ਮੋਹ ਤੋਂ ਰਹਿਤ ਹੋ ਕੇ ਦੂਸਰਾ ਅਕਾਲਪੁਰਖ ਦਾ ਪੁੱਤਰ ਬਣ ਕੇ ਉਸ ਪਾਰਬ੍ਰह्म ਗੁਰਦੇਵ ਦੇ ਨਾਲ ਮਨੁੱਖ ਨੂੰ ਮਿਲਣਾ ਚਾਹੁੰਦੇ ਨੇ ਜਿਹੜਾ ਪਾਰਬ੍ਰह्म ਗੁਰਦੇਵ ਆਪਣੇ ਬਾਲਕ ਨੂੰ ਆਪ ਰੱਖਦਾ ਹੈ ਤਾਂ ਬਾਲਕ ਮਨੁੱਖ ਹੈ ਔਰ ਪਾਰਬ੍ਰह्म ਗੁਰਦੇਵ ਹੈ ਲੇਕਿਨ ਬਾਲਕ ਬਾਲਕ ਬਣੇਗਾ ਕਦੋਂ ਜਦੋਂ ਉਹਦੇ ਅੰਦਰ ਅਕਾਲਪੁਰਖ ਦਾ ਬਾਲਕ ਬਨਣ ਦੇ ਗੁਣ ਆਉਣਗੇ ਲੱਛਣ ਆਉਣਗੇ ਸਤਿਗੁਰ ਉਸਤਾ ਦੇ ਲਈ ਅੱਗੇ ਚੱਲ ਕੇ ਜ਼ਿਕਰ ਕਰਨਗੇ ਪਹਿਲਾਂ ਪਰਹਾਉ ਦੀ ਮਹਾਰਕ ਪੰਕਤੀ ਡਿਸਕਸ ਕਰ ਰਹੇ ਹੁਣ ਜਿਸ ਪਰਮਭ੍ਰਮ ਨੇ ਬਾਲਕ ਨੂੰ ਰੱਖਿਆ ਸਤਿਗੁਰ ਕਹਿੰਦੇ ਨੇ ਸੁਖ ਸ਼ਾਂਤ ਸਹਿਜ ਆਨੰਦ ਪਈ ਪੂਰਨ ਪਈ ਸੇਵ ਸੁਖ ਸ਼ਾਂਤ ਜਿਸ ਬਾਲਕ ਨੇ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ ਪਿਤਾ ਮੰਨ ਕੇ ਆਪਣੇ ਆਪ ਨੂੰ ਉਹਦੇ ਅਧੀਨ ਕਰ ਦਿੱਤਾ ਹੈ ਉਸ ਦੇ ਅੱਗੇ ਆਪਣਾ ਆਪ 서ਰਿੰਡਰ ਕਰ ਦਿੱਤਾ ਹੈ ਮਾਲਕ ਹੋ ਗਿਆ ਉਹ ਸਤਗੁਰ ਕਹਿੰਦੇ ਨੇ ਐਸਾ ਬਾਲਕ ਸੁਖ ਸ਼ਾਂਤ ਸਹਿਜ ਆਨੰਦ ਪਾਈ ਐਸੇ ਬਾਲਕ ਨੂੰ ਕੀ ਮਿਲਦਾ ਕੀ ਹੈ ਫਿਰ ਸੁਖ ਸੁਖ ਕਿਉਂ ਮਿਲਦਾ ਹੈ ਸ਼ਾਂਤ ਕਿਉਂਕਿ ਮਨ ਦੇ ਵਿੱਚ ਸ਼ਾਂਤੀ ਆ ਜਾਂਦੀ ਹੈ ਸ਼ਾਂਤੀ ਕਿਸ ਭਾਵਨਾ ਦੇ ਨਾਲ ਦੀ ਸਹਿਜ ਭਾਵਨਾ ਦੇ ਨਾਲ ਸਹਿਜ ਭਾਵਨਾ ਆਤਮਕ ਅਡੋਲਤਾ ਦਾ ਪ੍ਰਤੀਕ ਹੈ ਜਿੱਥੇ ਮਨ ਅਡੋਲ ਅਵਸਥਾ ਦੇ ਵਿੱਚ ਕਿਉਂਕਿ ਡੋਲਦਾ ਮਨ ਕਦੀ ਵੀ ਹੁਣ ਕਿਵੇਂ ਕਰਨੀ ਆਮ ਜ਼ਿੰਦਗੀ ਦੇ ਵਿੱਚ ਮੈਂ ਉਦਾਹਰਨ ਦੇਣ ਲਈ ਗੱਲ ਕਰ ਰਿਹਾ ਇਸ ਦਾ ਬੁਰਾ ਨਹੀਂ ਮੰਨਣਾ ਆਮ ਜ਼ਿੰਦਗੀ ਦੇ ਵਿੱਚ ਇੱਕ ਪਿਤਾ ਹੋਰ ਉਸ ਦਾ ਇੱਕ ਪੁੱਤਰ ਹੈ ਸਰੀਆ ਉਸ ਨੂੰ ਪਤਾ ਕਿ ਮੇਰਾ ਪਿਤਾ ਹੈ ਇਸ ਕਰਕੇ ਉਹ ਕਿਸੇ ਹੋਰ ਨੂੰ ਆਪਣਾ ਪਿਤਾ ਨਹੀਂ ਬਣਾ ਰਿਹਾ ਹਾਂ ਹੋ ਸਕਦਾ ਹੈ ਪਿਤਾ ਵਰਗਾ ਦਰਜਾ ਦੇ ਦੇਵੇ ਉਸ ਦਾ ਪਿਆਰ ਦੇ ਦੇਵੇ ਲੇਕਿਨ ਪਿਤਾ ਤਾਂ ਇੱਕੋ ਹੀ ਹੈ ਨਾ ਸੰਸਾਰ ਦੇ ਵਿੱਚ ਲਿਕਨ ਇੱਕ ਪਿਤਾ ਨੂੰ ਛੱਡ ਕੇ ਜਿਹੜਾ ਕੋਈ ਹੋਰ ਪਿਤਾ ਲੱਭਦਾ ਫਿਰੇ ਉਸ ਨੂੰ ਆਪਾਂ ਕੀ ਕਰਾਂਗੇ ਉਸ ਨੂੰ ਆਪਾਂ ਕੀ ਕਹਾਂਗੇ ਉਹ ਅਡੋਲ ਅਵਸਥਾ ਦੇ ਵਿੱਚ ਹੈ ਉਹ ਡੋਲਣ ਵਾਲੀ ਅਵਸਥਾ ਦੇ ਵਿੱਚ ਅਡੋਲ ਅਵਸਥਾ ਦੇ ਵਿੱਚ ਐਸਾ ਮਨੁੱਖ ਨਹੀਂ ਹੋ ਸਕਦਾ ਡੋਲਦੀ ਅਵਸਥਾ ਦੇ ਵਿੱਚ ਹੀ ਮਨੁੱਖ ਇੱਕ ਪਿਤਾ ਨੂੰ ਛੱਡ ਕੇ ਕਿਸੇ ਹੋਰ ਨੂੰ ਲੱਭੇਗਾ ਅਨਿਥਾ ਅਡੋਲ ਅਵਸਥਾ ਦੇ ਵਿੱਚ ਮਨੁੱਖ ਐਸਾ ਸੋਚੇਗਾ ਹੀ ਨਹੀਂ ਕਦੀ ਵੀ ਕਿਉਂਕਿ ਸਹਿਜ ਭਾਵਨਾ ਹੀ ਇਹੋਈ ਹੈ ਜਿੱਥੇ ਆਤਮਿਕ ਅਡੋਲਤਾ ਇਸ ਪੱਖੋਂ ਬਣੀ ਰਹੇ ਕਿ ਇੱਕ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ਦੇ ਪ੍ਰਤੀ ਮਨ ਜਾਇ ਨਾ ਜੇ ਕਿਸੇ ਹੋਰ ਦੇ ਪ੍ਰਤੀ ਮਨ ਗਿਆ ਤਾਂ ਉਹ ਅਵਸਥਾ ਅਡੋਲ ਨਹੀਂ ਹੈ ਉਹ ਡੋਲਣ ਦੀ ਅਵਸਥਾ ਹੈ ਐਸੇ ਕਰਕੇ ਜਿਹੜੇ ਟੂਣੇ ਤਾਰ ਜਾਂ ਡੇਰੇ ਤਾਰ ਹੁੰਦੇ ਨਹੀਂ ਆ ਦੇਹ ਤਾਰੀ ਹੁੰਦੇ ਨੇ ਉਹਨਾਂ ਦੇ ਜਿਹੜੇ ਚੇਲੇ ਹੁੰਦੇ ਨੇ ਉਹ ਅਕਸਰ ਡੋਲਦੇ ਰਹਿੰਦੇ ਨੇ ਔਰ ਜਿਹੜੇ ਉਹਨਾਂ ਦੇ ਗੁਰੂ ਨੇ ਉਹ ਇਸ਼ਤਿਹਾਰ ਕਿ ਘਟੋਂਦੇ ਨੇ ਇੱਕ ਵਾਰੀ ਸਾਨੂੰ ਵੀ ਅਜਮਾ ਕੇ ਦੇਖੋ ਜਿਹੜੇ ਟੂਨੇ ਧਾਰ ਨੇ ਦੇ ਧਾਰੀ ਨੇ ਇੱਕ ਵਾਰੀ ਸਾਨੂੰ ਵੀ ਅਜਮਾ ਕੇ ਦੇਖੋ ਅਜਮਾਇਆ ਕਿਸ ਨੂੰ ਜਾਂਦਾ ਹੈ ਜਿਸ ਉੱਪਰ ਪਹਿਲਾਂ ਭਰੋਸਾ ਨਹੀਂ ਔਰ ਜਿਸ ਉੱਪਰ ਭਰੋਸਾ ਜਮਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਾਡੇ ਉੱਪਰ ਵੀ ਇੱਕ ਵਾਰੀ ਅਜਮਾ ਕੇ ਦੇਖੋ ਸਾਨੂੰ ਅਜਮਾਇਆ ਔਰ ਅਸੀਂ ਸਫਲ ਨਹੀਂ ਉਤਰੇ ਮੰਨ ਤਾਂ ਵੈਸੇ ਹੀ ਡੋਲ ਡੋਲ ਦੀ ਅਵਸਥਾ ਡੋਲਣ ਦੀ ਅਵਸਥਾ ਦੇ ਵਿੱਚ ਹੈ ਇਸ ਕਰਕੇ ਕੋਈ ਹੋਰ ਦੇ ਧਾਰੀ ਲਵ ਲਵਾਂਗੇ ਇਸੇ ਕਰਕੇ ਜਿਹੜੇ ਦੇਹਧਾਰੀਆਂ ਦੇ ਕੋਲ ਜਾਂਦੇ ਨੇ ਉਹ ਕਦੀ ਵੀ ਇਸ ਪੱਖੋਂ ਵੀ ਡੋਲਰੇ ਹੁੰਦੇ ਨੂੰ ਕਦੀ ਵੀ ਅਡੋਲ ਨਹੀਂ ਹੁੰਦੇ ਕਦੀ ਉਹ ਇੱਕ ਦੇਹਧਾਰੀ ਕੋਲ ਜਾਣਗੇ ਕਦੀ ਦੂਜੇ ਦੇਹਧਾਰੀ ਕੋਲ ਜਾਣਗੇ ਕਦੀ ਤੀਸਰੇ ਕੋਲ ਚਲੇ ਜਾਣਗੇ ਔਰ ਜੇ ਤੀਸਰੇ ਕੋਲ ਵੀ ਮਰاد ਪੂਰੀ ਨਹੀਂ ਹੋਈ ਤਾਂ ਚੌਥੇ ਕੋਲ ਚਲੇ ਜਾਣਗੇ ਕਿਉਂਕਿ ਉਹ ਇਸ ਉਧੇੜ ਬੁੰਦੇ ਵਿੱਚ ਸਮਝ ਹੀ ਨਹੀਂ ਸਕਦੇ कि आत्माक रमज की है कि सुख प्राप्त किए करना है शांत प्राप्त किए करनी है और सुख शांति सहज अवस्था किवे आनी है एक अकाल पुरुष की सिमरनात्वाद क्योंकि सतगुरों ने इतने रोग मिटाए की भी गल की है हम जिस वक्त रोग मिटाए जाने दी गल होंगी है तो मनुख का ध्यान किम करनी हमेशा ही शरीरक रोग वाल जाएगा ਕਿਉਂਕਿ ਮਨੁੱਖ ਦੀ ਫਿਤਰਤ ਹੈ ਜਿਸ ਵਕਤ ਮਨ ਬਾਂਚਿਤ ਫਲ ਪ੍ਰਾਪਤ ਕਰਨ ਦੀ ਗੱਲ ਹੁੰਦੀ ਹੈ ਮਨੁੱਖ ਦਾ ਮਨ ਦੁਨਿਆਵੀ ਜਿਹੜੇ ਫਲ ਨੇ ਨਾ ਪੁੱਤਰ ਦੀ ਪ੍ਰਾਪਤੀ ਸੰਤਾਨ ਦੀ ਪ੍ਰਾਪਤੀ ਧੀ ਦੀ ਪ੍ਰਾਪਤੀ ਜਾਂ ਇਸ ਦਾ ਚੰਗਾ ਵਿਆਹ ਹੋ ਜਾਏ ਜਾਂ ਇਸ ਦਾ ਚੰਗਾ ਕਾਰੋਬਾਰ ਹੋ ਜਵੇ ਜਾਂ ਇਸ ਨੂੰ ਚੰਗੀ ਨੌਕਰੀ ਲਵਾ ਦਿਆਂ ਜਾਂ ਮੇਰਾ ਦੁਨਿਆਵੀ ਕਾਰੋਬਾਰ ਚੱਲ ਪਵੇ ਜਾਂ ਮੈਨੂੰ ਆਹ ਨਹੀਂ ਮਿਲਿਆ ਉਹ ਨਹੀਂ ਮਿਲਿਆ ਉਹ ਚੀਜ਼ ਮਿਲ ਜਾਏ ਹਮੇਸ਼ਾ ਹੀ ਧਿਆਨ ਉਹਦੇ ਵੱਲ ਜਾਏਗਾ। ਔਰ ਰੋਗ ਮਿਟਾਈ ਦੀ ਜਿਸ ਵਕਤ ਆਪਾਂ ਗੱਲ ਕਰਾਂਗੇ ਤਾਂ ਸਰੀਰਕ ਰੋਗ ਦੇ ਵਿੱਚ ਜਾਏਗਾ ਮਨ ਜਾਂ ਧਿਆਨ। इसे करके सतगुरु ने पहला रहाओ की मुबारक पंक्ति दे जी गल समझा दी वो गल जी देर तक नहीं समझ लगी तो फिर रोग और मन बातचीत फल इन्हों की भी नहीं समझ लगेगी तो रोग मिटाए की गल आप करते हैं पहला आप सहज यह तीन अवस्थाव ने सहज अवस्था के शांति है सहज अवस्था के सुख है तो मैं बेनती की सहज अवस्था आत्मक अडोलता है ਜਿੱਥੇ ਇੱਕ ਪ੍ਰਭੂ ਨੂੰ ਇੱਕ ਅਕਾਲਪੁਰਖ ਨੂੰ ਮਨੁੱਖ ਆਪਣਾ ਮਨ ਸਮਰਪਣ ਕਰ ਦਿੰਦਾ ਹੈ ਲੇਕਿਨ ਮਨ ਸਮਰਪਣ ਕਰਨ ਦਾ ਮਤਲਬ ਕੀ ਹੈ ਮਨ ਸਮਰਪਣ ਕਰਨ ਦਾ ਮਤਲਬ ਇਸ ਗੱਲ ਦਾ ਭਰੋਸਾ ਹੈ ਕਿ ਜੇ ਮੈਨੂੰ ਸੁੱਖ ਆਇਆ ਤਾਂ ਤੇਰੇ ਵੱਲੋਂ ਆਇਆ ਜੇ ਦੁੱਖ ਆਇਆ ਤਾਂ ਤੇਰੇ ਵੱਲੋਂ ਆਇਆ ਦੋਨੋਂ ਹੀ ਚੀਜ਼ਾਂ ਤੇਰੇ ਵੱਲੋਂ ਆਈਆਂ ਨੇ ਲੇਕਿਨ ਆਈਆਂ ਮੇਰੇ ਕਰਮਾਂ ਉੱਪਰ ਆਧਾਰਿਤ ਹੋ ਕੇ ਨਹੀਂ ਇਸ ਕਰਕੇ ਪਹਿਲੀ ਗੱਲ ਕੀ ਕਰਦਾ ਹੈ ਸਹਿਜ ਅਵਸਥਾ ਵਾਲਾ ਅਡੂਲ ਅਵਸਥਾ ਵਾਲਾ ਗੁਰਸਿੱਖ ਬੈਲੀ ਗੱਲ ਤੇ ਕਰਦਾ ਹੈ ਕਿ ਜੇ ਸੁੱਖ ਆਇਆ ਤੇ ਭੰਗੜੀ ਨਹੀਂ ਪਾਉਂਦਾ ਜੇ ਦੁੱਖ ਆਇਆ ਤਾਂ ਕੀਰਨੀ ਨਹੀਂ ਪਾਉਂਦਾ ਦੂਜੀ ਗੱਲ ਕੀ ਕਰਦਾ ਹੈ ਜੇ ਦੁੱਖ ਆਇਆ ਤਾਂ ਟੂਣੇ ਧਾਰਾ ਕੋਲ ਨਹੀਂ ਜਾਂਦਾ ਡੇਰੇ ਧਾਰਾ ਕੋਲ ਨਹੀਂ ਜਾਂਦਾ ਜੀ ਇਹਦਾ ਉਪਾਅ ਦੱਸੋ ਅਗੋ ਪਾਓ ਕੀ ਦੱਸ ਰਹੇ ਨੇ ਆਪ ਜੀ ਨੂੰ ਵੀ ਪਤਾ ਹੀ ਹੈ ਕਿੱਦਾਂ ਦਾ ਉਪਾਅ ਦੱਸ ਰਹੇ ਨੇ ਗੁਰਮਤਿ ਦੇ ਵਿੱਚ ਕੋਈ ਵੀ ਉਹ ਗੱਲ ਪ੍ਰਵਾਨ ਨਹੀਂ ਹੈ ਜਿਸ ਦੇ ਕੀਤੇਆਂ ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਪੱਖੋਂ ਕੋਈ ਨਾ ਕੋਈ ਲਾਭ ਨਾ ਹੋਵੇ ਫਜ਼ੂਲ ਦੀਆਂ ਅੱਗਾਂ ਬਾਲ ਕੇ ਧੂਣੀਆਂ ਬਾਲ ਲਈਆਂ ਗੁਰਮਤ ਦੇ ਵਿੱਚ ਫਜ਼ੂਲ ਦੀ ਅੱਗ ਬਾਲ ਕੇ ਧੂਣੀ ਨਹੀਂ ਬਾਲੀ ਜਾਂਦੀ ਅੱਗ ਬਾਲੀ ਜ਼ਰੂਰ ਜਾਂਦੀ ਹੈ ਲੇਕਿਨ ਗੁਰਕਾ ਲੰਗਰ ਤਿਆਰ ਕਰਨ ਦੇ ਲਈ अनेका ਹੀ ਪ੍ਰਾਣੀਆਂ ਦਾ ਢਿੱਡ ਭਰਨ ਲਈ ਪ੍ਰਸ਼ਾਦੇ ਤਿਆਰ ਹੁੰਦੇ ਨੇ ਗੁਰਕੇ ਲੰਗਰ ਬਣਦੇ ਨੇ ਅਨਯਥਾ ਆਜਾਈਂ ਅਗਨੀ ਬਾਲੀ ਜਾਂਦੀ ਖਿਮਾ ਕਰਨੀ ਮੈਂ ਇੱਕ ਮਿਸਾਲ ਦਿੱਤੀ ਇਦਾਂ ਕਈ ਮਿਸਾਲਾਂ ਨੇ ਪਾਣੀ ਭਰ-ਭਰ ਕੇ ਲੋਕ ਲਿਉਂਦੇ ਨੇ ਘਰਾਂ ਦੇ ਵਿੱਚ ਰੱਖ ਲੈਂਦੇ ਨੇ ਕਿ ਜੀ ਸ਼ੁੱਧ ਜਲ ਹੈ ਗੁਰੂ ਗੋਬਿੰਦ ਸਿੰਘ ਲਈ ਹਰ ਜਲ ਹੀ ਛੁਦਾ ਕਿਉਂਕਿ ਗੁਰਸਿੱਖ ਨੇ ਜਲ ਦੇ ਨਾਲ ਆਪਣੀ ਵੀ ਪਿਆਸ ਬਜਾਣੀ ਹੈ ਕੋਈ ਲੋੜਵੰਦ ਪਿਆਸਾ ਤਾਂ ਉਸਦੀ ਵੀ ਪਿਆਸ ਬਜਾਣੀ ਹੈ ਇਸ ਕਰਕੇ ਗੁਰਸਿੱਖ ਕਿਸੇ ਚੀਜ਼ ਨੂੰ ਆਪਣੇ ਕੋਲ ਸੰਭਾਲ ਕੇ ਨਹੀਂ ਬਲਕਿ ਕਿਸੇ ਨਾ ਕਿਸੇ ਲੋੜਵੰਦ ਨੂੰ ਜਿੱਥੇ ਵੀ ਲੋੜ ਪਈ ਤਾਂ ਇਸ ਅਵਸਥਾ ਦੇ ਵਿੱਚ ਗੁਰਸਿੱਖ ਉਹਨਾਂ ਪੁਰਾਣੀਆਂ ਤੋਂ ਜਾਂ ਜਿਹੜੇ ਉਹਨਾਂ ਮਨਮੁੱਖਾਂ ਤੋਂ ਜਾਂ ਜਿਹੜੇ ਉਹ ਦੁਨੀਆ ਦੇ ਵਿੱਚ ਆਏ ਹੋ ਸੰਸਾਰ ਲੋਕ ਸੰਸਾਰਿਕ ਲੋਕ ਨੇ ਉਹਨਾਂ ਤੋਂ ਬਿਲਕੁਲ ਹੀ ਅਲੱਗ ਹੋ ਜਾਂਦਾ ਹੈ ਕਿਉਂ ਅਲੱਗ ਹੈ ਕਿਉਂਕਿ ਮਨ ਦੇ ਵਿੱਚ ਇੱਕ ਸਹਿਜ ਅਵਸਥਾ ਸਮਾਈ ਹੋਈ ਹੈ ਇੱਕ ਅਡੋਲਣਾ ਸਮਾਈ ਹੋਈ ਹੈ ਇਸ ਕਰਕੇ ਸਹਿਜ ਅਵਸਥਾ ਦੇ ਵਿੱਚ ਮਨੁੱਖ ਉਸ ਅਕਾਲਪੁਰਖ ਦੇ ਅੱਗੇ ਸਮਰਪਣ ਹੀ ਤਾਂ ਕਰਦਾ ਹੈ ਕਿ ਜੇ ਦੁੱਖ ਹੈ ਔਰ ਸੁਖ ਹੈ ਇਹ ਮੇਰੇ ਕਰਮਾ ਕਰਕੇ ਹੈ ਇਸ ਕਰਕੇ ਜਿਹੜੇ ਉਪਾਅ ਤੁਨੇ ਤਾਰ ਦੱਸਦੇ ਨੇ ਫਲਾਣੇ ਜੋ ਦੇ ਬੀ ਲੈ ਲੈਣਾ ਅ ਮਿੱਟੀ ਚ ਦਿਵਾ ਦੇਣਾ ਉਹਦਾ ਕੀ ਫਾਇਦਾ ਆ ਫਲਾਣੀ ਚੀਜ਼ ਲੈ ਲੈਣਾ ਇਹ ਸਨ ਉਹ ਫਲਾਣੇ ਰੰਗ ਦਾ ਕਰ ਦੇਣਾ ਘਰ ਦੇ ਪਿਛਲੇ ਪਾਸੇ ਦਵਾ ਦੇਣਾ ਉਹਦਾ ਕੀ ਫਾਇਦਾ ਇਹ ਕਿਸ ਕਿਸਮ ਦੇ ਚਾਂਦੀ ਦਾ ਤੁਸੀਂ ਉਹ ਪਾ ਲੈਣਾ ਗਲੇ ਦੇ ਵਿੱਚ ਫਲਾਣਾ ਪੱਥਰ ਪਾ ਲੈਣਾ ਹੁਣ ਇਹਦੇ ਨਾਲ ਹੁੰਦਾ ਕੀ ਹੈ ਇੱਕ ਵਾਰੀ ਸਿੱਤ ਮਨੁੱਖ ਸਵਾਰਥੀ ਹੁੰਦਾ ਚਲਿਆ ਜਾਂਦਾ ਕਿਉਂਕਿ ਮਨੁੱਖ ਆਪਣੇ ਸਵਾਰਥ ਲਈ ਗਿਆ ਨੇ ਜਿਹੜਾ ਉਹਨੇ ਪੱਥਰ ਪਾਇਆ ਹੱਥ ਦੇ ਵਿੱਚ ਜਾਂ ਗਲੇ ਦੇ ਵਿੱਚ ਆ ਚਾਂਦੀ ਦਾ ਪਾਇਆ ਇਹ ਆਪਣੇ ਸਵਾਰਥ ਲਈ ਪਾਇਆ ਕਿ ਮੈਨੂੰ ਸੁੱਖ ਮਿਲੇ ਗੁਰਸਿੱਖ ਸਹਿਜ ਅਵਸਥਾ ਦੇ ਵਿੱਚ ਜੋ ਕਰਦਾ ਹੈ ਉਹ ਆਪਣੇ ਸਵਾਰਥ ਲਈ ਨਹੀਂ ਕਰਦਾ ਉਹ ਦੂਸਰਿਆਂ ਨੂੰ ਸੁੱਖ ਦੇ ਕੇ ਖੁਦ ਸੁਖੀ ਹੋ ਜਾਂਦਾ ਹੈ ਦੂਸਰਿਆਂ ਨੂੰ ਸ਼ਾਂਤੀ ਦੇ ਕੇ ਖੁਦ ਸ਼ਾਂਤ ਹੋ ਜਾਂਦਾ ਹੈ ਅਡੋਲ ਅਵਸਥਾ ਬਣੀ ਰਹਿੰਦੀ ਹੈ ਦੁੱਖ ਔਰ ਸੁਖ ਅਕਾਲਪੁਰਖ ਦੇ ਹੁਕਮ ਦੇ ਵਿੱਚ ਔਰ ਉਸ ਦੇ ਭਾਣੇ ਦੇ ਵਿੱਚ ਜੀਉਣ ਦੀ ਜਾਚ ਆ ਜਾਂਦੀ ਹੈ ਫਿਰ ਉਸ ਵਕਤ ਹੁੰਦਾ ਕੀ ਹੈ ਆਨੰਦ ਪਾਈ ਉਸ ਵਕਤ ਆਨੰਦ ਬਣਿਆ ਰਹਿੰਦਾ ਹੈ ਹੁਣ ਖੇਵਾ ਕਰਨੀ ਆਨੰਦ ਵੀ ਇੱਕ ਅਵਸਥਾ ਹੈ ਕਿਉਂਕਿ ਜਿਹੜੇ ਦੁਨਿਆਵੀ ਆਨੰਦ ਨੇ ਨਾ ਉਹ 2 4 5 10 ਮਿੰਟ ਦਾ ਹੀ ਹੁੰਦੇ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰ ਤੇ ਜਾਣੇ ਜਿਹੜਾ ਲੇਕਿਨ ਜਿਹੜਾ ਗੁਰ ਉਹਨਾਂ ਦੇ ਦਿੰਦੇ ਨੇ ਨਾ ਉਹ ਉਸ ਦੀ ਅਵਸਥਾ ਜਾਂ ਉਸ ਦਾ ਸਮਾਂ 2 4 ਮਿੰਟ ਦਾ ਨਹੀਂ ਹੈ ਜਾਂ 2 3 ਘੰਟੇ ਦਾ ਨਹੀਂ ਹੈ ਸਤਗੁਰ ਬਿਲਾਵਲ ਰਾਗ ਦੇ ਵਿੱਚ ਗੌੜੀ ਰਾਗ ਦੇ ਵਿੱਚ ਕਹਿੰਦੇ ਨੇ ਆਨੰਦ ਸੁਖ ਭੇਟ ਤ ਹਰ ਨਾਨਕ ਜਨਮ ਕਿਰਤਾਰਤ ਸਫਲ ਸਵੇਰਾ ਹੁਣ ਸਵੇਰਾ ਦਾ ਜ਼ਿਕਰ ਕਿਉਂ ਕੀਤਾ ਸਤਗੁਰ ਨੇ ਜਿਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਉਜਾਲਾ ਹੋ ਗਿਆ ਨਾ ਉਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸਵੇਰਾ ਹੋ ਗਿਆ ਇਹ ਸਵੇਰਾ ਉਜਾਲੇ ਦਾ ਪ੍ਰਤੀਕ ਹੈ ਰੋਸ਼ਨੀ ਦਾ ਪ੍ਰਤੀਕ ਹੈ ਸਫਲ ਹੋ ਗਿਆ ਉਸ ਦਾ ਜਨਮ ਕਿਉਂਕਿ ਉਸ ਨੂੰ ਆਨੰਦ ਦੀ ਪ੍ਰਾਪਤੀ ਇਸ ਕਰਕੇ ਹੋਈ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਸਵੇਰਾ ਹੋ ਗਿਆ ਪਾਵ ਗਿਆਨ ਦਾ ਚਾਨਣ ਹੋ ਗਿਆ ਕਿਉਂਕਿ ਗਿਆਨ ਤੋਂ ਬਿਨਾ ਧਰਮ ਨਹੀਂ ਕਬੀਰ ਜਹ ਗਿਆਨ ਤਹ ਧਰਮ ਹੈ ਔਰ ਪਾਤਸ਼ਾਹ ਗੂਜਰੀ ਰਾਗ ਦੇ ਵਿੱਚ ਚੌਥੇ ਪਿਤਾ ਕਹਿੰਦੇ ਨੇ ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਆਨੰਦ ਕਰੋ ਹਰ ਤਿਆਈ ਜਿਸ ਮਨੁੱਖ ਨੂੰ ਅਕਾਲ ਪੁਰਖ ਦੀ ਆਰਾਧਨਾ ਦੀ ਜਾਚ ਆ ਗਈ ਨਾ ਉਹ ਖੁਦ ਜਿਸ ਵਕਤ ਆਨੰਦ ਦੀ ਅਵਸਥਾ ਦੇ ਵਿੱਚ ਆਉਂਦਾ ਸੁਖੀ ਹੁੰਦਾ ਹੈ ਤਾਂ ਚਾਹੁੰਦਾ ਕਿ ਇਸ ਅਵਸਥਾ ਦੇ ਵਿੱਚ ਹਰ ਕੋਈ ਹੀ ਸੁਖੀ ਹੋਵੇ ਇੱਕ ਸੱਚਾ ਸਿੱਖ ਹੈ ਮੈਂ ਸੱਚੇ ਸਿੱਖ ਦੀ ਗੱਲ ਕਰ ਰਿਹਾ ਆਪਣੇ ਵਰਗਿਆਂ ਦੀ ਨਹੀਂ ਉਹ ਚਾਹੇਗਾ ਕਿ ਦੁਨੀਆ ਦਾ ਹਰ ਵਿਅਕਤੀ ਹੀ ਸਿੱਖ ਬਣੇ ਇਹ ਉਸ ਦੀ ਖੁਆਇਸ਼ ਹੋਏਗੀ ਕਿਉਂ ਕਿਉਂਕਿ ਉਹ ਜਿਹੜਾ ਆਨੰਦ ਖੁਦ ਲੈ ਰਿਹਾ ਉਹ ਚਾਹੇਗਾ ਕਿ ਬਾਕੀ ਵੀ ਉਹ ਆਨੰਦ ਲੈਣ ਲੇਕਿਨ ਅਗਰ ਕੋਈ ਨਹੀਂ ਲੈਣਾ ਚਾਹੁੰਦਾ ਕੋਈ ਬਹਿਸ ਬਾਜ਼ੀਆਂ ਕਰ ਰਿਹਾ ਹੈ ਤੇ ਉਸ ਦੀ ਆਪਣੀ ਮਰਜ਼ੀ ਹੈ ਤੋ ਇਹ ਆਨੰਦ ਦੀ ਉਹ ਅਵਸਥਾ ਹੈ ਜਿਹੜੀ ਹਰ ਵਕਤ ਬਣੀ ਰਹਿੰਦੀ ਹੈ ਔਰ ਸੁਖ ਸ਼ਾਂਤ ਸਹਿਜ ਆਨੰਦ ਇਹ ਸੈਮੀਟੇਲਿਸਲੀ ਸਾਰੀਆਂ ਇੱਕੋ ਵਕਤ ਇਕੱਠੀਆਂ ਚੱਲਣ ਵਾਲੀਆਂ ਕਿਰਿਆਵਾਂ ਨੇ ਔਰ ਅਗਰ ਇਹ ਹੋ ਗਈਆਂ ਆਨੰਦ ਪਏ ਅਗਰ ਇਸ ਅਵਸਥਾ ਦੇ ਵਿੱਚ ਆਨੰਦ ਪਿਆ ਮਿਲ ਗਿਆ ਆਨੰਦ ਪੈ ਗਿਆ ਹੋ ਗਿਆ ਤਾਂ ਸਤਿਗੁਰ ਕਹਿੰਦੇ ਪੂਰਨ ਪਈ ਸੇਵ ਸਮਝ ਲੈਣਾ ਕਿ ਤੁਹਾਡੀ ਸੇਵਾ ਪੂਰਨ ਹੋ ਗਈ ਸੰਪਲੀਟ ਹੋ ਗਈ ਜਿਹਨੂੰ ਆਪਾਂ ਕਹਨੀਏ ਕਿ ਇਹ ਪਰਵਾਣ ਹੋ ਗਈ ਰਹਾਓ ਹੁਣ ਅਗਲੀ ਗੱਲ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਪਹਿਲੀ ਪੰਕਤੀ ਦੇ ਵਿੱਚ ਰਹਾਓ ਦੀ ਪੰਕਤੀ ਵਿੱਚ ਸਤਿਗੁਰਾਂ ਨੇ ਬਾਲਕ ਕਿਹਾ ਹੁਣ ਇਹ ਬਾਲਕ ਕਿਹੜਾ ਜਿਹੜਾ ਅਵਸਥਾ ਵਾਲਾ ਜਿਸ ਤਰ੍ਹਾਂ ਮੈਂ ਆਪ ਜੀ ਦੇ ਚਰਣਾ ਦੇ ਵਿੱਚ ਜ਼ਿਕਰ ਕਰੀ ਬੈਠਾ ਦੁਬਾਰਾ ਦੱਸ ਦਿਨਾ ਕਿ ਜਿਸ ਨੂੰ ਮੋਹ ਮਾਇਆ ਦੇ ਨਾਲ ਪ੍ਰੀਤ ਨਹੀਂ ਹੈ ਐਸੀ ਬਸਤਾ ਵਿੱਚ ਜਿਵੇਂ ਬੱਚੇ ਨੂੰ ਮੋਹ ਮਾਇਆ ਦੇ ਨਾਲ ਪ੍ਰੀਤ ਨਹੀਂ ਹੈ ਉਹੀ ਜੀਵ ਆਤਮਾ ਭਗਤ ਹੈ ਹੁਣ ਸਤਗੁਰੂ ਨੇ ਨਾਲ ਹੀ ਕਹ ਦਿੱਤਾ ਭਗਤ ਜਨਾ ਕੀ ਬੇਨਤੀ ਇਹ ਭਗਤ ਉਹ ਬਾਲਕ ਹੈ ਜਿਹੜਾ ਮੋਹ ਮਾਇਆ ਤੋਂ ਮੁਕਤ ਹੈ ਇਹ ਭਗਤ ਉਹ ਹੈ ਜਿਸ ਨੇ ਸੁਖ ਸ਼ਾਂਤ ਸਹਿਜ ਆਨੰਦ ਪ੍ਰਾਪਤ ਕਰ ਲਿਆ ਜਿਸ ਦੀ ਸੇਵਾ ਪੂਰਨ ਹੋਏ ਪਰਵਾਨ ਹੈ ਹੁਣ ਇਸ ਅਵਸਥਾ ਵਿੱਚ ਸਤਗੁਰੂ ਕਹਿੰਦੇ ਨੇ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਭਗਤ ਜਨਾ ਦੀ ਬੇਨਤੀ ਆਪ ਸੁਣੀ ਪ੍ਰਮਾਤਮਾ ਨੇ ਤੋ ਬੇਨਤੀ ਸੁਣੀ ਔਰ ਉਸ ਬੇਨਤੀ ਵਿੱਚ ਸੁਣਨ ਤੋਂ ਬਾਅਦ ਹੋਇਆ ਕਿ ਰੋਗ ਮਿਟਾਏ ਜੀਵਾਲੀਨ ਹੁਣ ਆਪ ਦੇਖਣਾ ਕਿ ਇਥੇ ਕਿਸ ਤਰ੍ਹਾਂ ਦੇ ਰੋਗ ਔਰ ਕਿਸ ਤਰ੍ਹਾਂ ਦੀ ਜੀਵ ਜੀਵਨਾਂ ਦੀ ਗੱਲ ਹੈ ਰੋਗ ਮਿਟਾਏ ਜੀਵਾਲੀਨ ਜਾਕਾ ਵੱਡ ਪ੍ਰਤਾਪ ਮੈਂ ਬੇਨਤੀ ਕੀਤੀ ਸੀ ਜਦੋਂ ਰੋਗ ਦੀ ਗੱਲ ਹੁੰਦੀ ਹੈ ਸਾਡਾ ਧਿਆਨ ਸੰਸਾਰਕ ਸਰੀਰਕ ਰੋਗਾਂ ਵੱਲ ਜਾਂਦਾ ਹੈ ਦੁਨੀਆ ਵਿੱਚ ਕੋਈ ਐਸਾ ਮਨੁੱਖ ਨਹੀਂ ਹੈ ਜਿਸ ਨੂੰ ਸੰਸਾਰਕ ਸਰੀਰ ਦੇ ਵਿੱਚ ਕਦੀ ਨਾ ਕਦੀ ਕੋਈ ਰੋਗ ਨਾ ਲੱਗਾ ਹੋਇਆ ਜਾਂ ਨਹੀਂ ਲੱਗੇਗਾ ਉਨ ਇਥੇ ਕਿਹੜੇ ਰੋਗ ਮਿਟਾਏ ਜਾਣ ਦੀ ਗੱਲ ਹੈ ਇਥੇ ਉਹ ਉਹਨਾਂ ਰੋਗਾਂ ਦੀ ਗੱਲ ਹੋ ਰਹੀ ਹੈ ਜਿਹੜੇ ਰੋਗ ਵਿਕਾਰਾਂ ਦੇ ਨਾਲ ਮਨੁੱਖ ਦੀ ਅੰਤਰ ਆਤਮਾ ਨੂੰ ਮਾਰ ਦਿੰਦੇ ਨੇ ਇਸ ਕਰਕੇ ਜਿਹੜੇ ਲੋਕ ਆਤਮਿਕ ਤੌਰ ਪਰ ਮਰੇ ਹੁੰਦੇ ਨੇ ਮਨਮੁਖ ਦੀ ਅਵਸਥਾ ਦੇ ਵਿੱਚ ਹੁੰਦੇ ਨੇ ਉਹ ਅਗਰ ਇਸ ਅਵਸਥਾ ਦੇ ਵਿੱਚ ਆ ਕੇ ਬਾਲਕ ਬਣ ਜਾਂਦੇ ਨੇ ਰੱਬ ਦੇ ਅਕਾਲਪੁਰਖ ਦੇ ਪੁੱਤਰ ਬਣ ਜਾਂਦੇ ਨੇ ਸੁਖ ਸੈਨਤ ਸਹਿਜ ਆਨੰਦ ਅਵਸਥਾ ਦੇ ਵਿੱਚ ਅਡੂਲ ਅਵਸਥਾ ਦੇ ਵਿੱਚ ਭਗਤੀ ਨੂੰ ਜਾਂ ਭਗਤ ਦੀ ਭਾਵਨਾ ਨੂੰ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਦੀ ਬੇਨਤੀ ਅਕਾਲਪੁਰਖ ਸੁਣਦਾ ਹੈ ਔਰ ਫਿਰ ਹੁੰਦਾ ਕਿ ਰੋਗ ਮਿਟਾਏ ਵਿਕਾਰਾਂ ਦੇ ਰੋਗ ਮੋਹ ਮਾਇਆ ਦੇ ਰੋਗ ਵਿਕਾਰਾਂ ਰਹੀ ਉਪਜੇ ਅਨੇਕਾਂ ਹੀ ਰੋਗ ਮੈਂ ਰੂਸੀ ਰੂਪਵਾਦੀ ਇੱਕ ਕਹਾਣੀ ਪੜ੍ਹ ਲਈ ਸੀ ਕਾਫੀ ਚਿਰ ਹੋਇਆ ਜਿਵੇਂ ਆ ਤੁਸੀਂ ਵੀ ਦੇਖਿਆ ਹੋਣਾ ਆਂਡੀ ਗਵਾਂਡੀ ਸ਼ਿਕਾਇਤਾਂ ਕਰਦੇ ਨੇ ਨਾ ਇੱਕ ਦੂਸਰੇ ਦੀਆਂ ਅੱਜ ਫਲਾਣੇ ਨੇ ਆ ਕਰ ਲਿਆ ਫਲਾਣੇ ਨੇ ਉਹ ਕਰ ਲਿਆ ਐਸਾ ਆਮ ਚੱਲਦਾ ਹੈ ਜ਼ਿੰਦਗੀ ਦੇ ਵਿੱਚ ਕੋਈ ਬੰਦਾ ਤਰੱਕੀ ਕਰ ਲਵੇ ਉਸ ਨੂੰ ਦੇਖ ਕੇ ਕੁਝ ਲੋਕ ਕੁਰਜਦੇ ਨੇ ਅੰਦਰ ਹੀ ਅੰਦਰ ਸੜਦੇ ਰਹਿੰਦੇ ਨੇ ਚਿੜਦੇ ਰਹਿੰਦੇ ਨੇ ਕਦੀ ਵੀ ਆਪ ਨੋਟ ਕਰਨਾ ਹੈ ਉਹਨੇ ਨਹੀਂ ਤਰੱਕੀ ਕਰ ਲਈ ਉਹਨੇ ਢੀ ਵੱਡੀ ਕਾਰ ਲੈ ਲਈ ਇਹ ਅੰਦਰੋਂ ਹੀ ਅੰਦਰ ਕੁਰਜਣ ਦੀ ਅਵਸਥਾ ਹੁੰਦੀ ਚਿੜਨ ਦੀ ਅਵਸਥਾ ਹੁੰਦੀ ਹੈ ਹੁਣ ਹੋਰ ਰਿਸਰਚ ਦੇ ਵਿੱਚ ਕਹ ਰਹੇ ਸੀਗਾ ਕਿ ਐਸੇ ਵਿਅਕਤੀ ਰੋਗੀ ਹੋ ਜਾਂਦੇ ਨੇ ਰੋਗ ਲਾ ਲੈਂਦੇ ਨੇ ਹੁਣ ਜਿਹੜੇ ਵਿਕਾਰਾਂ ਦੇ ਰੋਗ ਨੇ ਨਾ ਉਹੀ ਮਨੁੱਖ ਨੂੰ ਸਰੀਰਕ ਤੌਰ ਪਰ ਪੀੜਿਤ ਕਰਦੇ ਨੇ ਉਹੀ ਫਿਰ ਉਸ ਦਾ ਰੋਗ ਬਣ ਜਾਂਦੇ ਨੇ ਜਿਵੇਂ ਗੁੱਸਾ ਆਇਆ ਤਾਂ ਬਲੱਡ ਪ੍ਰੈਸ਼ਰ ਆ ਹੀ ਗਿਆ ਔਰ ਆਮ ਜ਼ਿੰਦਗੀ ਵਿੱਚ ਬੰਦਾ ਕਹਿੰਦਾ ਅੱਜ ਕੱਲ ਇਹ ਨਹੀਂ ਕਹਿੰਦਾ ਕਿ ਮੈਨੂੰ ਬਹੁਤ ਗੁੱਸਾ ਆ ਗਿਆ ਫੁਲਾਣੀ ਦੀ ਗੱਲ ਸੁਣ ਕੇ ਮੇਰਾ ਬਲੱਡ ਪ੍ਰੈਸ਼ਰ ਆ ਹੀ ਹੋ ਗਿਆ ਅੱਜ ਕੱਲ ਤੇ ਸਿੱਧੀ ਉਹ ਆਪਣੀ ਰੋਗ ਦੀ ਗੱਲ ਸ਼ੁਰੂ ਕਰ ਦਿੰਦਾ ਦੇਖਦਾ ਨਹੀਂ ਕਿ ਗੁੱਸਾ ਕਿਉਂ ਆਇਆ ਤਗੋਰ ਸਿੱਕਦਾ ਗੁੱਸਾ ਹੰਡਾ ਨਹੀਂ ਕਦੀ ਨਹੀਂ ਹਕ ਰੋਧ ਆਏਗਾ ਨਹੀਂ ਐਸਾ ਮੈਂ ਨਹੀਂ ਕਹਿੰਦਾ ਲੇਕਿਨ ਜੇ ਗੁਰਮਤ ਹੈ ਸ਼ਾਂਤ ਅਵਸਥਾ ਹੈ ਤਾਂ ਉਹ ਕ੍ਰੋਧ ਨੂੰ ਸੰਭਾਲੇਗੀ ਦਬਾਵੇਗੀ ਵਿਕਾਰਾਂ ਦੇ ਰੋਗ ਨੇ ਮੈਂ ਛੋਟੀ ਜੀ ਐਗਜ਼ਾਮਪਲ ਦਿੱਤੀ ਹੈ ਹੁਣ ਉਹ ਕਹਿੰਦੇ ਨੇ ਕਿ ਜਿਹੜੇ ਐਸੇ ਲੋਕ ਨੇ ਇੱਕ ਤਾਂ ਰੁਗੀ ਹੋ ਜਾਂਦੇ ਨੇ ਇੱਕ ਉਹਨਾਂ ਦੀ ਜੀਵਨਾ ਵੀ ਘਟ ਜਾਂਦੀ ਹੈ ਤਾਂ ਇੱਥੇ ਜਿਹੜਾ ਰੋਗ ਦੀ ਗੱਲ ਹੈ ਨਾ ਇਹ ਉਹ ਆਤਮਿਕ ਰੋਗ ਨੇ ਜਿਹੜੇ ਵਿਕਾਰਾਂ ਦੇ ਨਾਲ ਪੈਦਾ ਹੋਏ ਨੇ ਔਰ ਵਿਕਾਰਾਂ ਦੇ ਨਾਲ ਪੈਦਾ ਹੋਏ ਰੋਗਾਂ ਕਰਕੇ ਮਨੁੱਖ ਆਤਮਿਕ ਤੌਰ ਪਰ ਮਰ ਜਾਂਦਾ ਹੈ। ਉਹ ਆਤਮਿਕ ਤੌਰ ਤੋਂ ਮਰ ਜਾਂਦਾ ਕਿਉਂਕਿ ਕਿਸੇ ਨੂੰ ਦੇਖ ਕੇ ਉਸ ਨੂੰ ਪਰਮਾਤਮਾ ਨਹੀਂ ਦਿੰਦਾ ਉਸਤੇ ਆਪਣੇ ਕਰਮ ਨੇ। ਆਪਾਂ ਕਿਉ ਕਰੂ ਜੀਏ? ਆਪਾਂ ਕਿਉ ਜੜੀਏ? ਪਰਮਾਤਮਾ ਨਹੀਂ ਸਾਨੂੰ ਨਹੀਂ ਦਿੰਦਾ ਸਾਡੇ ਕਰਮ ਨੇ। ਉਹਦੀ ਔਲਾਦ ਚੰਗੀ ਨਿਕਲ ਪਈ ਸਾਡੀ ਨਹੀਂ ਨਿਕਲੀ ਸਾਡੇ ਕਰਮ ਨੇ। ਉਹਦਾ ਬੇਵਾਰ ਚੱਲ ਪਿਆ ਸਾਡਾ ਨਹੀਂ ਚਲਿਆ ਇਹ ਸਾਡੇ ਕਰਮ ਨੇ ਹਾਂ ਅਸੀਂ ਆਪਣੇ ਵੱਲੋਂ ਮਿਹਨਤ ਪੂਰੀ ਕੀਤੀ ਹੈ ਤਸੱਲੀ ਲੇਕਿਨ ਨਹੀਂ ਤਾਂ ਬਿਲਕੁਲ ਫਿਰ ਬੇਪਰਵਾਹ ਹੋ ਜਾਓ ਕੋਈ ਗੱਲ ਨਹੀਂ ਉਹਨੂੰ ਫਾਇਦਾ ਹੀ ਫਾਇਦਾ ਹੋਈ ਜਾਂ ਮੈਨੂੰ ਘਾਟਾ ਹੀ ਘਾਟਾ ਪਈ ਜਾ ਰਿਹਾ ਤਾਂ ਫਿਰ ਕੀ ਹੋ ਗਿਆ ਇਹ ਉਹਦੇ ਆਪਣੇ ਕਰਮ ਨੇ ਮੇਰੇ ਆਪਣੇ ਕਰਮ ਨੇ ਕੋ ਨਾਨਕ ਹਮ ਨੀਚ ਕਰਮ ਜੇ ਆਪਾਂ ਕਹਿੰਨੀ ਆ ਕਿ ਸਾਡੇ ਕਰਮ ਨੀਚ ਨੇ ਤਾਂ ਐਕਸੈਪਟ ਵੀ ਕਰੀਏ ਲੇਕਿਨ ਸਰਨ ਪਰੇ ਕੀ ਰੱਖੋ ਸਰਮਾ ਇੱਕ ਸਰਨ ਜਾਣ ਦੀ ਗੱਲ ਹੈ ਸਰਨ ਉਹ ਹੀ ਜਾਂਦਾ ਜਿਹੜਾ ਆਕਾਲ ਪੁਰਖ ਦੇ ਹੁਕਮ ਦੇ ਵਿੱਚ ਚਲਾ ਗਿਆ ਵਿਕਾਰ ਦੇ ਰੋਗ ਮਿਟਣਗੇ اور ਜਿਹੜਾ ਵਿਕਾਰਾਂ ਦਾ ਰੋਗ ਮਿਟਾ ਸਕੇਗਾ ਇਹਦਾ ਮਤਲਬ ਹੈ ਉਹ ਫਿਰ ਜ਼ਮੀਰ ਤੌਰ ਪਰ ਆਤਮਕ ਤੌਰ ਪਰ ਮਰੀਆ ਨਹੀਂ ਹੋਏਗਾ ਜਿਵਾਲਿਨ ਕੇਵਲ ਉਸ ਨੂੰ ਪਰਮਾਤਮਾ ਹੀ ਜਿਵਾ ਸਕਦਾ ਹੈ ਉਸ ਨੂੰ ਜ਼ਿੰਦਗੀ ਦੇ ਸਕਦਾ ਜੀਵਨਾ ਦੇ ਸਕਦਾ ਆਤਮਕ ਜੀਵਨ ਉਸ ਨੂੰ ਹੀ ਮਿਲੇਗਾ जोड़ा विकारा के रूप मिटा जाएगा और विकार के रूप किसते मिटन भगत बन गया भगत कौन बन गया जिसके मन अंदर सुख शांत सहज आनंद है और ऐसा मनुख ज बालक है परमात्मा अकाल पुरख का रोग मिट गए जीवना मिल गई लेकिन इस दिछे भी उस अकाल पुरख का ही वड प्रताप है शुकराना उसका ही है धनवाद उसका ही है वड प्रताप पर उसका ही है दोख हमारे बक्सियन दोख विकार ऐब ने ਉਸ ਅਕਾਲ ਪੁਰਖ ਨੇ ਬਖਸ਼ ਲਈ ਭਾਵ ਕਿ ਆਤਮਕ ਜੀਵ ਨਾ ਦੇ ਦਿੱਤੀ ਹੁਣ ਉਸ ਦੇ ਵਿੱਚ ਵਿਕਾਰਾਂ ਦੇ ਰੋਗ ਦਾ ਕੋਈ ਸਥਾਨ ਨਹੀਂ ਹੈ ਦੋਖ ਹਮਾਰੇ ਬਖਸ਼ੀਐ ਆਪਣੀ ਕਲਤਾਰੀ ਮਨਵਾਚਿਤ ਫਲ ਦਿੱਤੀ ਅਨਨ ਨਾਨਕ ਬਲੇਹਾਰੀ ਸਤਗੁਰੂ ਜੀ ਕਹਿੰਦੇ ਉਸ ਅਕਾਲ ਪੁਰਖ ਨੇ ਜਿਵੇਂ ਪਿਤਾ ਆਪਣੇ ਬੱਚਿਆਂ ਦੇ ਦੋਖ ਉਹਨੂੰ ਸਮਝਾਂਦਾ ਪਰ ਫਿਰ ਵੀ ਜੇ ਬੱਚਾ ਖਿਮਾ ਮੰਗ ਲੈਂਦਾ ਬਹੁ ਉਪਦੇਸ਼ ਛਿੜਕੇ ਬਪਾਤੀ ਬਹੁੜ ਪਿਤਾ ਗੱਲਾ ਵੀ ਫਿਰ ਵੀ ਉਹਦੇ ਆਪ ਬਖਸ਼ ਦਿੰਦਾ ਕਿ ਅੱਗੋਂ ਨਾ ਕਰੀ ਬੇਟਾ ਕੋਈ ਗੱਲ ਨਹੀਂ ਜੇ ਪਛਤਾਪ ਦੀ ਅਵਸਥਾ ਹੈ ਤਾਂ ਪਰ ਜੇ ਅੱਗੋਂ ਕਰੀ ਜਾਣੇ ਨੇ ਤਾਂ ਫਿਰ ਤਾਂ ਉਸਦੀ ਆਪਣੀ ਮਰਜ਼ੀ ਹੈ ਨਾ ਤੋਂ ਬਾਲਕ ਜਿਹੜਾ ਹੋ ਗਿਆ ਐਸੇ ਬੱਚਿਆਂ ਦੇ ਆਪ ਪਰਮਾਤਮਾ ਆਪ ਦੁਖ ਆਪ ਬਖਸ਼ੇਗਾ ਪਰ ਛੇ ਕੇ ਦਿਨ ਫਿਰ ਅੰਦਰ ਨਾਮ ਦੀ ਤਾਕਤ ਭਰੀ ਜਾਏਗੀ ਉਹਰ ਅਗੂ ਐਵ ਕਰਣ ਨਹੀਂ ਦੇਗੀ ਕਿਉਂਕਿ ਨਾਮ ਦੀ ਸ਼ਕਤੀ ਇੰਨੀ ਬਲਵਾਨ ਹੋ ਜਾਂਦੀ ਹੈ ਕਿ ਉਹ ਕਰਮਾਂ ਦੇ ਉੱਪਰ ਕਿਮਾ ਕਰਨੀ ਉਹ ਐਬਾ ਉੱਪਰ ਵਿਕਾਰਾਂ ਉੱਪਰ ਹਾਵੀ ਹੋ ਜਾਂਦੀ ਹੈ। ਔਰ ਜਿਹੜੇ ਸ਼ਕਤੀਹੀਨ ਮਨੁੱਖ ਨੇ ਜਿਨ੍ਹਾਂ ਦੇ ਕੋਲ ਨਾਮ ਦੀ ਸ਼ਕਤੀ ਨਹੀਂ ਹੈ ਨਾ ਤਾਂ ਇਹ ਕਹਿੰਦੇ ਨਾ ਭਗਤੀ ਦੀ ਸ਼ਕਤੀ ਹੈ ਭਗਤੀ ਦੀ ਸ਼ਕਤੀ ਕਿਹੜੀ ਹੈ ਜਿਹੜੀ ਵਿਕਾਰਾਂ ਨੂੰ ਦਬਾਉਣ ਦੇ ਵਿੱਚ ਸਹਾਇ ਹੋਦੀ ਹੈ ਤੇ ਜਿਨ੍ਹਾਂ ਦੇ ਕੋਲ ਨਾਮ ਦੀ ਸ਼ਕਤੀ ਨਹੀਂ ਉਹ ਮਨੁੱਖ ਵਿਕਾਰੀ ਹੋ ਜਾਂਦੇ ਕਮਜ਼ੋਰ ਹੀ ਜਾਏਗਾ ਨਾ ਪੈਮਾਨੇ ਮਖਾਨੇ ਦੇ ਵਿੱਚ ਪੱਪ ਦੇ ਵਿੱਚ ਕਲੱਬ ਦੇ ਵਿੱਚ ਕਿਉਂਕਿ ਉਹ ਆਪਣੀ ਆਤਮਾ ਨੂੰ ਆਪਣੇ ਆਪ ਨੂੰ ਸਮਝਾ ਨਹੀਂ ਸਕਿਆ ਕਮਜ਼ੋਰ ਹੋ ਗਿਆ ਇਸ ਕਰਕੇ ਉਹ ਸ਼ਰਾਬ ਪੀਣ ਦੇ ਵਿੱਚ ਲੱਗ ਗਿਆ। ਬਾਚ ਚੱਕ ਨੇ ਪ੍ਰਭੂ ਪਿਤਾ ਨੇ ਸਾਨੂੰ ਬੱਚਿਆਂ ਨੂੰ ਸਦਾ ਮਨ ਮੰਗੇ ਫਲ ਦਿੱਤੇ ਨੇ ਤੇ ਮਨ ਮੰਗਿਆ ਫਲ ਮੇਰਾ ਹੁਣ ਕੀ ਹੈ ਤੇਰਾ ਨਾਮ ਉਹੀ ਦੇ ਮੈਨੂੰ ਤੇਰੇ ਤੋਂ ਮੈਂ ਸਦਕੇ ਜਾਵਾਂ ਬਾਤ ਪਾ ਧੰਵਾਦ ਆਪ ਜੀ ਦਾ ਬਾਤ ਪਾ ਸ਼ੁਕਰਾਨਾ ਇਸ ਸੰਤਰੀ ਭਾਵ ਕਰਤ ਸਰ ਹੋਇਆ ਬੁੱਲਾਂ ਦੇ ਲਈ ਆਪ ਜੀ ਦਾ ਦਾਸ ਤੋਂ ਮੈਂ ਹੱਥ ਜੋੜ ਕੇ ਆਪ ਤੋਂ ਕੀ ਮੰਗਦਾ ਜਰਦੀਕਲਾ ਦੇ ਦੂਸਰੇ ਦੌਰ ਦੇ ਵਿੱਚ ਆਪ ਜੀ ਦੇ ਦਾਸ ਗੁਰਦੀਪ ਸਿੰਘ ਵੱਲੋਂ ਆਪ ਜੀ ਦਾ तहे ਦਿਲੋਂ ਸਵਾਗਤ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਤਿਹਾਸਿਕ ਦਿਹਾੜਿਆਂ ਦੇ ਵਿੱਚ ਅੱਜ ਮਾਰਚ ਮਹੀਨੇ ਦੀ 15 ਤਰੀਕ ਹੈ ਸਾਲ 2011 ਔਰ 15 ਮਾਰਚ 1553 ਇਹ ਅਜੇਕਟੇਟ ਨਹੀਂ ਹੈ ਕਿਉਂਕਿ ਨਾਨਕ ਸਿਕਰਨ ਦੇ ਮੁਤਾਬਕ ਤਾਂ ਡੇਟ ਸਾਡੇ پاس ਪਹੁੰਚੀ ਨਹੀਂ ਹੈ ਪਰ ਆਪਾਂ ਤਾਂ ਆਪਣੇ ਗੁਰੂਆਂ ਨੂੰ ਯਾਦ ਕਰਨਾ ਹੈ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਪਾਈ ਜੇਠਾ ਜੀ ਦੇ ਰੂਪ ਦੇ ਵਿੱਚ ਉਹਨਾਂ ਦਾ ਸ਼ੁਭ ਵਯ ਬੀਬੀ ਪਾਣੀ ਜੀ ਦੇ ਨਾਲ ਆਇਤੇ ਤੈਂ ਅਜੇ ਟੇਟ ਮੈਂ ਫਿਰ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਨਹੀਂ ਹੈ ਅੱਜ ਦੇ ਦਿਨ ਹੋਇਆ ਦੱਸਿਆ ਗਿਆ ਹੈ ਤੋ ਗੁਰੂ ਅਮਰਦਾਸ महाराज जी की धर्म बीबी माता राम कौर जी जिन्होंने बीबी भानी जी दे वास्ते सतगुरों पास वर लेनती की पातशाह जी ने कहा कैसा तो ऐसा किया जाता कि भाई जेठा जी उस वक्त उस जगह तो लंघ रहे सन और माता जी ने कहा कि वैसा और सतगुर कहन लगे का वैसा तो केवल उही हो सकता है ਕਿਉਂਕਿ ਹਰ ਕੋਈ ਆਪਣੇ ਆਪ ਦੇ ਵਿੱਚ ਉਹੀ ਹੈ ਕਿਸੇ ਦਾ ਕੋਈ ਮੁਕਾਬਲਾ ਨਹੀਂ ਉਹ ਤਾਂ ਫਿਰ ਉਹੀ ਹੋ ਸਕਦਾ ਹੈ ਆਇਤ ਦਿਨ 15 ਮਾਰਚ 1553 ਆਇਤ ਦਿਨ 15 ਮਾਰਚ 1749 ਵਾਲੇ ਦਿਨ ਪਟਿਆਲਾ ਦੀਆਂ ਸਿੱਖ ਫੌਜਾਂ ਨੇ ਬੀਬੀ ਸਾਹਿਬ ਕੌਰ ਜੀ ਦੀ ਕਮਾਂਡ ਹੇਠ ਮਰਹੱਟਿਆਂ ਦੇ ਨਾਲ ਲੋਹਾ ਲਿਆ ਸੀ ਇਹ ਜੰਗ ਅੰਬਾਲਾ ਦੇ ਲਾਗੇ ਹੋਈ ਸੀ ਹਰਿਆਣਾ ਜਿਹੜਾ ਅੱਜ ਕੱਲ ਹੈ ਉਸ ਵਕਤ ਨਹੀਂ ਸੀ ਔਰ ਬੀਬੀ ਸਾਹਿਬ ਕੌਰ ਜੀ ਦੇ ਕਮਾਂਡ ਹੇਠ ਇਨਫਾਜ ਨੇ ਮਰਹੱਟਿਆਂ ਨੂੰ ਭਾਰੀ ਸਖਸ਼ਤ ਦਿੱਤੀ ਸੀ ਬੀਬੀ ਸਾਹਿਬ ਕੌਰ ਜੀ ਜਿਹੜੇ ਕਿ ਰਾਜਾ ਅਮਰ ਸਿੰਘ ਜੀ ਪਟਿਆਲਾ ਵਾਲੇ ਦੇ ਬੇਟੀ ਸਨ ਔਰ ਵੱਡੀ ਪੈਂਸਨ ਰਾਜਾ ਸਾਹਿਬ ਸਿੰਘ ਜੀ ਦੇ ਜਿਨ੍ਹਾਂ ਦਾ ਸ਼ੁਭ ਵਿਆਹ ਜੈਮਲ ਸਿੰਘ ਜੀ ਜੋ ਸਰਦਾਰ ਹਕੀਕਤ ਸਿੰਘ ਜੀ ਦੇ بیٹے ਸਨ ਉਹਨਾਂ ਦੇ ਨਾਲ ਸਮਤ 1834 ਦੇ ਵਿੱਚ ਹੋਇਆ ਸੀ ਤਬੀਬੀ ਸਾਹਿਬ ਕੌਰ ਜੀ ਦੀ ਅਗਵਾਈ ਹੇਠ ਪਟਿਆਲਾ ਦੀ ਫੌਜ ਨੇ ਆਇਦਤਨ ਮਹਾਰਾਟਿਆਂ ਨੂੰ ਅੰਬਾਲਾ ਦੇ ਲਾਗੇ ਭਾਰੀ ਡਿਫੀਟ ਦਿੱਤੀ ਸੀ ਆਇਦਤਨ ਨੀਂ ਕਿ 15 ਮਾਰਚ 1768 ਵਾਲੇ ਦਿਨ 12 ਮਿਸਲਾਂ ਇਕੱਠੇ ਹੋ ਕੇ ਤਾਲਪੁਰ ਲਾਗੇ ਮਰਾਠਿਆਂ ਨੂੰ ਭਾਰੀ ਹਾਰ ਦਿੱਤੀ ਸੀ ਔਰ ਗੁਰਸਿੱਖਾ ਨੇ ਜੰਮ ਕੇ ਮੁਕਾਬਲਾ ਕੀਤਾ ਸੀ ਇਹਦੇ ਵਿੱਚ ਜਿਹੜੇ ਜਥੇ ਸਨ ਉਹ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਵੀ ਲੜੇ ਸਨ ਇਸ ਤੋਂ ਇਲਾਵਾ ਪਾਇਨਤਾ ਸਿੰਘ ਜੀ ਤੇ ਗੁਰਬਖਸ਼ ਸਿੰਘ ਜੀ ਉਸ ਵਕਤ ਇਹਨਾਂ ਜਥਿਆਂ ਦੇ ਲੀਡਰ ਸਨ ਜਿਨ੍ਹਾਂ ਨੇ ਇਹਨਾਂ ਮਹਾਰਾਟਿਆਂ ਦੇ ਨਾਲ ਲੋਹਾ ਲਿਆ ਸੀ ਇਹਨਾਂ ਦੇ ਵਿੱਚ ਅੰਮ੍ਰਿਤਸਰੀਆਂ ਦਾ ਇੱਕ ਬਾਤ ਜੱਥਾ ਮਸ਼ਹੂਰ ਸੀ ਜਿਸ ਦੀ ਅਗਵਾਈ ਸਰਦਾਰ ਕਰਮ ਸਿੰਘ ਜੀ ਔਰ ਸਰਦਾਰ ਧਰਮ ਸਿੰਘ ਜੀ ਕਰ ਰਹੇ ਸਨ ਬਾਬਾ ਕਾਨ ਸਿੰਘ ਜੀ ਦਾ ਜਿਹੜਾ ਜੱਥਾ ਜੱਥਾ ਸੀ ਉਹ ਕਾਨ ਸਿੰਘ ਜੀ ਤੇ ਹਨ ਉਹਨਾਂ ਦੀ ਅਗਵਾਈ ਹੇਠ ਲੜਿਆ ਸੀ ਇਸ ਦੇ ਵਿੱਚ ਸਰਦਾਰ ਮੀਰੀ ਸਿੰਘ ਜੀ ਤੇ ਹਨ ਸਰਦਾਰ ਹਰੀ ਸਿੰਘ ਜੀ ਠਿਲਨ ਅਤੇ ਸਰਦਾਰ ਭਗ ਸਿੰਘ ਜੀ ਹੋਲਾ ਵਾਲੀਆ ਸ਼ਾਮਲ ਸਰ ਮਹਾਤਿਆਨਪਾਰੀ ਡਿਫੀਟ ਦਿੱਤੀ ਗਈ ਸੀ ਇਨ ਅਗੁਰਸਿਕ ਕਮਲੋ ਆਇਦਨ ਆਇਦਨ ਪਾਵ 15 ਮਾਰਚ 1959 ਵਾਲੇ ਦਿਨ ਟੀਲਕ ਟੀ ਹਜ਼ਾਰ ਤੋਂ ਵੀ ਬਾਅਦ ਸਿੱਖਾ ਨੇ ਇੱਕ ਪ੍ਰੋਟੈਸਟ ਮਾਰਚ ਕੱਢਿਆ ਸੀ ਹਿੰਦੁਸਤਾਨ ਦੀ ਹਕੂਮਤ ਦੇ ਖਿਲਾਫ ਇਹ ਪ੍ਰੋਟੈਸਟ ਮਾਰਚ ਇਸ ਕਰਕੇ ਕੱਢਿਆ ਗਿਆ ਸੀ ਕਿ ਇਹ ਹਿੰਦੁਸਤਾਨ ਦੀ ਹਕੂਮਤ ਬਾਰ-ਬਾਰ ਸਿੱਖਾਂ ਦੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਦਖਲ ਦਿੰਦੀ ਸੀ ਮਾਸਟਰ ਤਾਰਾ ਸਿੰਘ ਜੀ ਨੇ ਇਸ ਕੱਲ ਦਾ ਭਾਰੀ ਰੋਸ ਕੀਤਾ ਉਹਨਾਂ ਨੂੰ ਇਸ ਕੱਲ ਦਾ ਰੋਸ ਸੀ ਕਿ ਸਿੱਖਾਂ ਦੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਇਹਨਾਂ ਹਿੰਦੁਸਤਾਨੀਏ ਦੀ ਸਰਕਾਰ ਦਾ ਦਖਲ ਅੰਦਾਜ਼ੀ ਕਰਨਾ ਇਹਨਾਂ ਨੂੰ ਕੀ ਹੱਕ ਬਣਦਾ ਹੈ ਤੁਇਸ ਦਿਨ ਅਜ ਦੇ ਦਿਨ 15 ਮਾਰਚ 1959 ਵਾਲੇ ਦਿਨ ਇਸ ਨੂੰ ਜਲੂਸ ਰੂਪ ਦੇ ਵਿੱਚ ਦਿੱਲੀ ਵੱਲ ਜਾਣ ਦਾ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਸੀ ਇਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਸ ਜਲੂਸ ਦੇ ਵਿੱਚ ਜਿਹੜਾ ਰੋਸ ਮਾਰਚ ਹੋਏਗਾ ਇਸ ਮਾਰਚ ਦੇ ਵਿੱਚ ਕੋਈ ਆਪਣੀ ਜ਼ੁਬਾਨ ਤੋਂ ਕੋਈ ਸ਼ਬਦ ਨਹੀਂ ਬੋਲੇਗਾ ਇਹ ਚੁੱਪ-ਚੁੱਪੀ ਤੇ ਇੱਕ ਪ੍ਰੋਟੈਸਟ ਹੋਏਗਾ ਔਰ ਇਸ ਤੋਂ ਤਿੰਨ ਦਿਨ ਪਹਿਲਾਂ 11 ਮਾਰਚ ਨੂੰ 11 ਮਾਰਚ ਦੀ ਰਾਤ ਨੂੰ 12 ਮਾਰਚ ਦੀ ਸਵੇਰ ਨੂੰ ਮਾਸਟਰ ਤਾਰਾ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਧਰਮਸ਼ਾਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਕਿਉਂਕਿ ਮਾਸਟਰ ਤਾਰਾ ਸਿੰਘ ਜੀ ਨੇ ਇਸ ਚੁੱਪ ਜਲੂਸ ਦੀ ਅਗਵਾਈ ਕਰਨੀ ਸੀ ਇਸ ਚੁੱਪ ਜਲੂਸ ਦੇ ਵਿੱਚ ਉਸ ਵਕਤ ਕੇਰ ਸਿੰਘ ਵਿਰਗੀ ਹਰਬੰਸ ਸਿੰਘ ਮਜੀਠਾ ਗੁਰਚਰਨ ਸਿੰਘ ਜੀ ਗਰੀਬ ਨਰਿੰਦਰ ਸਿੰਘ ਜੀ ਪਰਵਾਨਾ ਰਸਪਾਲ ਸਿੰਘ ਜੀ ਬੇਦੀ ਆਦਿ ਵਰਗੇ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਪੰਜਾਬ ਅਸੈਂਬਲੀ ਦੇ ਉਸ ਵਕਤ ਦੇ ਅਕਾਲੀ ਮੈਂਬਰ ਸਰਦਾਰ ਆਤਮਾ ਸਿੰਘ ਜੀ ਸਰਦਾਰ ਹਰਗੁਨ ਹਰ ਗੁਰ ਆਨੰਦ ਸਿੰਘ ਜੀ ਉਦਮ ਸਿੰਘ ਜੀ ਮਾਸਟਰ ਪ੍ਰਤਾਪ ਸਿੰਘ ਜੀ ਅਤੇ ਸਰੂਪ ਸਿੰਘ ਜੀ ਨੇ ਇਹਨਾਂ ਗ੍ਰਿਫਤਾਰੀਆਂ ਦੇ ਖਿਲਾਫ ਫਿਰ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਵਾਕਆਊਟ ਵੀ ਕੀਤਾ ਸੀ ਅੱਜ ਦੇ ਦਿਨ ਭਾਵ 15 ਮਾਰਚ 1960 ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਐਗਜ਼ੀਕਿਊਟਿਵ ਦੀ ਕਾਰਜਕਾਰਨੀ ਦੀ ਇੱਕ ਅਹਿਮ ਮੀਟਿੰਗ ਹੋਈ ਸੀ ਇਸ ਦੇ ਵਿੱਚ ਕਾਂਗਰਸ ਲੈਜਿਸਲੇਟਿਵ ਪਾਰਟੀ ਦੇ ਉਹਨਾਂ ਮੈਂਬਰਾਂ ਨੂੰ ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਸਨ ਜਾਂ ਸਿੱਖੀ ਨੂੰ ਸਮਰਪਿਤ ਸਨ ਉਹਨਾਂ ਨੂੰ ਇਹ ਕਹਿ ਜਾਣ ਦਾ ਮਤਾ ਪਾਸ ਹੋਇਆ ਸੀ ਕਿ ਜਾਂ ਤਾਂ ਉਹ ਕਾਂਗਰਸ ਨੂੰ ਛੱਡ ਦੇਣ ਔਰ ਅਕਾਲੀ ਦਲ ਦੇ ਨਾਲ ਸ਼ਾਮਲ ਹੋ ਜਾਣ। ਅਗਰ ਅਕਾਲੀ ਦਲ ਦੇ ਨਾਲ ਸ਼ਾਮਲ ਨਹੀਂ ਹੋ ਸਕਦੇ ਤਾਂ ਫਿਰ ਉਹ ਆਪਣਾ ਗਰੁੱਪ ਭਾਵੇਂ ਅਲੱਗ ਬਣਾ ਲੈਣ ਪਰ ਕਾਂਗਰਸ ਦੇ ਨਾਲ ਇੱਕ ਸਿੱਖ ਹੋਣ ਦੀ ਹیثیت ਦੇ ਨਾਲ ਉਹ ਨਾ ਰਹਿਣ ਕਿਉਂਕਿ ਇੱਕ ਸਿੱਖ ਕਾਂਗਰਸੀ ਨਹੀਂ ਹੋ ਸਕਦਾ ਐਸਾ ਉਹਨਾਂ ਵੱਲੋਂ ਮਤਾ ਪਾਸ ਕੀਤਾ ਗਿਆ ਸੀ। ਅੱਜ ਦੇ ਦਿਨ 15 ਮਾਰਚ 1960 ਵਾਲੇ ਦਿਨ ਇਹ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਬਕਾਇਦਾ। ਇਸ ਦੇ ਵਿੱਚ ਉਹਨਾਂ ਐਮਐਲਏਜ਼ ਨੂੰ ਵੀ ਜਿਨ੍ਹਾਂ ਦੇ ਵਿੱਚ ਮੀਟਿੰਗ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਸਰਕਾਰੀ ਦਖਲ ਔਰ ਇਸ ਤੋਂ ਇਲਾਵਾ ਜਿਨ੍ਹਾਂ ਨੇ ਪੰਜਾਬੀ ਸੂਬੇ ਦਾ ਵਿਰੋਧ ਕੀਤਾ ਸੀ ਕਿਉਂਕਿ ਦੋਨੋਂ ਹੀ ਪਾਰਟੀਆਂ ਵੱਲੋਂ ਜਿੱਥੇ ਜਨਸੰਘ ਵੱਲੋਂ ਵਿਰੋਧ ਕੀਤਾ ਗਿਆ ਸੀ ਪੰਜਾਬੀ ਸੂਬੇ ਦਾ ਉੱਤੇ ਦਬੀ ਜ਼ਮਾਨ ਦੇ ਨਾਲ ਕਾਂਗਰਸੀ ਵੀ ਕੋਈ ਸਿੱਖਣ ਦੇ ਹੱਕ ਦੇ ਵਿੱਚ ਨਹੀਂ ਸਨ ਨੀ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ ਨਹੀਂ ਸਨ ਤਾਂ ਇਸ ਮੀਟਿੰਗ ਨੇ ਅਕਾਲੀ ਐਮਐਲਏ ਨੂੰ ਕਾਂਗਰਸ ਦੇ ਵਿੱਚੋਂ ਬਾਹਰ ਆ ਜਾਣ ਦਾ एलान कीते जाने ਦਾ ਮਤਾ ਪਾਸ ਕੀਤਾ ਸੀ ਔਰ ਇਸ ਮਤੇ ਦਾ ਅਸਰ ਇਹ ਹੋਇਆ ਸੀ ਕਿ 19 ਅਕਾਲੀਆਂ ਦੇ ਵਿੱਚੋਂ ਸਿਰਫ ਪੰਜ ਭਾਵ ਆਤਮਾ ਸਿੰਘ ਆਹਰ ਗੁਰ ਅਨੰਦ ਸਿੰਘ ਉਦਮ ਸਿੰਘ ਭਾਰ ਸਿੰਘ ਪੁਰਾ ਸਰੂਪ ਸਿੰਘ ਅਤੇ ਮਾਸਟਰ ਪ੍ਰਤਾਪ ਸਿੰਘ ਨੇ ਇਸ ਉਪਰ ਅਮਲ ਕੀਤਾ ਸੀ ਅਤੇ ਉਹ ਵਾਪਸ ਅਕਾਲੀ ਦਲ ਦੇ ਵਿੱਚ ਆ ਗਏ ਸਨ ਉਸ ਵਕਤ ਅਕਾਲੀ ਲੀਡਰ ਸੰਤਨਾ ਸਿੰਘ ਗੁਲਸ਼ਨ ਜੜਬਾਦ ਦੇ ਵਿੱਚ ਮੈਂਬਰ ਪਾਰਲੀਮੈਂਟ ਵੀ ਬਣੇ ਔਰ ਮਹਾਰਾਜੀ ਦੇਸਾਈ ਦੀ ਸਰਕਾਰ ਦੇ ਵਿੱਚ ਉਹ ਮੰਤਰੀ ਵੀ ਰਹੇ ਔਰ ਇਹਨਾਂ ਤੋਂ ਇਲਾਵਾ ਜੁਗਰਾਜ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਵੀ ਅਕਾਲੀ ਦਲ ਦਾ ਸਾਥ ਦਿੰਦੇ ਰਹੇ ਪਰ ਕਾਫੀ ਦੇਰ ਤੱਕ ਇਹ ਕਾਂਗਰਸ ਦੇ ਵਿੱਚੋਂ ਬਾਹਰ ਨਹੀਂ ਆਏ ਆਜ਼ਾਦ ਪਾਰਟੀ ਦੇ ਐਮਐਲਏ ਕਮਰਾਨੀ ਜਗਦੀਸ਼ ਕੌਰ ਜੀ ਅਕਾਲੀ ਦਲ ਦੇ ਵਿੱਚ ਉਸ ਵਕਤ ਸ਼ਾਮਲ ਹੋ ਗਏ ਆਜ ਦੇ ਦਿਨ ਭਾਵ 15 ਮਾਰਚ 1968 ਵਾਲੇ ਦਿਨ ਕੁਝ ਹਿੰਦੂ ਔਤਵਾਦੀਆਂ ਨੇ ਕਰਨਾਲ ਦੇ ਲਾਗੇ ਜੀਟੀ ਰੋਡ ਵਿਖੇ ਇੱਕ ਸਿੱਖਾਂ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ। ਔਰ ਇਸ ਅੱਗ ਦੇ ਵਿੱਚ ਤਿੰਨ ਸਿੱਖ ਉਸ ਵਕਤ ਜਿਉਂਦੇ ਸੜੇ ਜਿਨ੍ਹਾਂ ਦੇ ਵਿੱਚੋਂ ਭਗਤ ਸਿੰਘ ਨਾਮ ਦੇ ਇੱਕ ਗੁਰਸਿੱਖ ਦੀ ਇਸ ਅੱਗ ਦੇ ਵਿੱਚ ਸਰਨ ਕਰਨ ਮਾਤ ਹੋ ਗਈ। ਤੋਂ ਕਰਨਾਲ ਲਾਗੇ ਇਹਨਾਂ ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਇਹ ਪੰਜਾਬੀ ਸੂਬੇ ਦਾ ਵਿਰੋਧ ਕਰ ਰਹੇ ਸਨ ਜਿਵੇਂ ਕਿ ਮੈਂ ਆਪ ਨੂੰ ਪਿਛਲੇ ਕੁਝ ਦਿਨਾਂ ਤੋਂ ਦੱਸਿ ਰਿਹਾ ਕਿ ਪੰਜਾਬੀ ਸੂਬਾ ਬਣੇ ਬਣਨ ਤੋਂ ਬਾਅਦ ਲਗਾਤਾਰ ਫਿਰ ਜਿਹੜੇ ਕੱਟੜਵਾਦੀ ਹਿੰਦੂਸਨ ਉਹਨਾਂ ਵੱਲੋਂ ਵਿਰੋਧ ਹੁੰਦਾ ਰਿਹਾ ਤਾਂ ਐਸਾ ਵੀ ਕਿਹਾ ਜਾਂਦਾ ਹੈ ਕਿ ਕਰਨਾਲ ਲਾਗੇ ਪਾਣੀਪਤ ਤੋਂ ਕਾਂਗਰਸੀ ਪ੍ਰਧਾਨ ਉਸ ਵਕਤ ਦੇ ਦੀਵਾਨ ਚੰਦ ਟਕਕਰ ਸਨ ਇਹਨਾਂ ਦੇ ਨਾਲ ਕ੍ਰਾਂਤੀ ਕੁਮਾਰ ਨਾਮ ਦਾ ਇੱਕ ਹੋਰ ਵਿਅਕਤੀ ਵੀ ਸ਼ਾਮਲ ਸੀ ਅਤੇ ਇਹਨਾਂ ਨੂੰ ਦੁਕਾਨ ਦੇ ਅੰਦਰ ਡੱਕ ਕੇ ਸਾਰ ਦਿੱਤਾ ਗਿਆ ਸੀ। ਔਰ ਇਹ estrangdicam ਪਰ ਹਮਲੇ ਕੀਤੇ ਜਾਣ ਦੀ ਕਾਰਵਾਈ ਜਿਹੜੀ ਸੀ ਉਹ ਕਾਫੀ ਦਿਨ ਤੱਕ ਚੱਲਦੀ ਰਹੀ ਸੀ। ਅੱਜ ਦੇ ਦਿਨ ਪਾਵ 15 ਮਾਰਚ 1986 ਵਾਲੇ ਦਿਨ ਬਟਾਲਾ ਵਿਖੇ ਇੱਕ ਗੁਰਦੁਆਰਾ ਸਹਿਬਾਨ ਦੇ ਵਿੱਚ ਜਿੱਥੇ ਕਿ ਪੰਜਾਬ ਪੁਲਿਸ ਦਾ ਔਰ ਸੀਆਰਪੀਐਫ ਦਾ ਪੈਰਾ ਵੀ ਸੀ ਉਸ ਪੈਰੇ ਦੇ ਹੁੰਦਿਆਂ ਹੋਇਆਂ ਵੀ ਇਸ ਗੁਰਦੁਆਰਾ ਸਹਿਬਾਨ ਵਿੱਚ ਕੁਝ ਕੱਟਰਵਾਦੀਆਂ ਨੇ ਬੰਬ ਸੁੱਟੇ ਸਨ ਸਿੱਖਾਂ ਨੇ ਇਹਨਾਂ ਬੰਬ ਸੁੱਟਣ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ ਲਈ ਪ੍ਰੋਟੈਸਟ ਕੀਤਾ ਸੀ ਰੋਸ ਕੀਤਾ ਸੀ ਔਰ ਗੁਰਦੁਆਰਾ ਸੇਵਨ ਵਿਖੇ ਬੰਬ ਸੁੱਟਣ ਵਾਲਿਆਂ ਨੂੰ ਤਾਂ ਕੀ ਗ੍ਰਿਫਤਾਰ ਕਰਨਾ ਉੱਥੇ ਕਾਲਜ ਦੇ ਇੱਕ ਸਿੱਖ ਵਿਦਿਆਰਥੀ ਕੁਲਦੀਪ ਸਿੰਘ ਅਤੇ ਉਸ ਦੇ ਸਾਥੀਆਂ ਬਲਵਿੰਦਰ ਸਿੰਘ ਅਤੇ ਕੁਲਵੰਤ ਸਿੰਘ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਇਸ ਬੰਬ ਸੁੱਟਣ ਦੀ ਕਾਰਵਾਈ ਦੇ ਵਿੱਚ ਸੀਆਰਪੀਐਫ ਨੇ ਉਹਨਾਂ ਕੱਟੜਵਾਦੀਆਂ ਦੀ ਮਦਦ ਕੀਤੀ ਜਿਨ੍ਹਾਂ ਨੇ ਇਹ ਬੰਬ ਸੁੱਟਿਆ ਸੀ ਸਿੱਖਾਂ ਵੱਲੋਂ ਖਾਸਾ ਰੋਸ ਮਨਾਇਆ ਗਿਆ ਔਰ ਉਸ ਵਕਤ ਦੇ ਇੰਚਾਰਜ ਪੁਲਿਸ ਮੁਖੀ डी एस पी ड्यूटी उपर मौजूद सन जिन्ह का नाम परमानंद करके लिखा गया है और इस आर पी एफ दे कमांडर मिस्टर शर्मा सिखा वालों दोष से कि यह दोनों मिलके ज्यादियों करवा रहे हैं लेकिन डी एस पी परमानंद और कमांडर मिस्टर शर्मा उपर ना तो कोई उस वक्त कार्रवाई हुई ਨਹੀਂ ਕਿਸੇ ਕਿਸਮ ਦੀ ਉਹਨਾਂ ਨੂੰ ਸਸਪੈਂਡ ਜਾਂ ਲਾਈਨ ਹਾਜ਼ਰ ਹੀ ਕੀਤਾ ਗਿਆ। ਅੱਜ ਦੇ ਦਿਨ ਭਾਵ 15 ਮਾਰਚ 1981 ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਦਲ ਖਾਲਸਾ ਅਤੇ ਸਿਕਸ ਸਟੂਡੈਂਟ ਫੈਡਰੇਸ਼ਨ ਇਨਾਂ ਚਾਰਾਂ ਹੀ ਪਾਰਟੀਆਂ ਨੇ ਮਿਲ ਕੇ ਇੱਕ ਮਤਾ ਪਾਸ ਕੀਤਾ ਔਰ ਇਸ ਕਲ ਦੀ ਮੰਗ ਕੀਤੀ ਕਿ ਯੂਐਨਓ ਦੇ ਵਿੱਚ एसोसीएट मैंबरशिप होनी चाहिए है उन्होंने मंग की कि एसोसीएट मैंबरशिप यू एन ओखा दिती जाए सिख नेशन क्योंकि सिख अपने आप एक नेशन ने एक कौम ने पंद्रह मार्च उन्नीस सौ इकासी यानी कि अच्ते दिन प्रो कांग्रेस सिख एजुकेशनल कॉन्फ्रेंस हुई चंडीगढ़ विखे इस मता पास किया गया कि सिख शुड भी ग्रांटिड एसोसीएट मैंबरशिप ऑफ द यू एन ओ ਯੂਨੋ ਦੇ ਵਿੱਚ ਸਿੱਖਾਂ ਨੂੰ ਐਸੋਸੀਏਟ ਮੈਂਬਰਸ਼ਿਪ ਦਿੱਤੀ ਜਾਵੇ। ਔਰ ਇਸ ਕਾਨਫਰੰਸ ਦੇ ਵਿੱਚ ਬਾਕਾਇਦਾ ਮਤਾ ਪਾਸ ਕੀਤਾ ਗਿਆ। ਦਲ ਖਾਲਸਾ ਦੇ ਵਰਕਰਾਂ ਵੱਲੋਂ ਇਸ ਮਤੇ ਦੇ ਪਾਸ ਕੀਤੇ ਜਾਣ ਉੱਪਰ ਫਿਰ ਮੰਗ ਕੀਤੀ ਕਿ ਭਾਰਤੀ ਸਰਕਾਰ ਵੀ ਸਾਨੂੰ ਇੱਕ ਕੌਮ ਨਹੀਂ ਔਰ ਯੂਨੋ ਦੇ ਵਿੱਚ ਵੀ ਸਿੱਖ ਕੌਮ ਨੂੰ ਰਾਸ਼ਟਰ ਮੰਨ ਕੇ ਨੇਸ਼ਨ ਮੰਨ ਕੇ एसोसिएट मेंबरशिप दीती जावे दल खालसा ਵੱਲੋਂ ਅਹਰ ਸਿਮਰਨ ਸਿੰਘ ਜਿਹੜੇ ਕਿ ਪਾਕਿਸਤਾਨ ਦੇ ਜਹਾਜ਼ ਅਗਵਾ ਕਰਨ ਦੇ ਮਾਸਟਰਮਾਈਂਡ ਵੀ ਦੱਸੀ ਜਾਂਦੇ ਰਹੇ ਨੇ ਕਰਨ ਸਿੰਘ ਮਾਸਟਰ ਕਰਨ ਸਿੰਘ ਜਿਹੜੇ ਇਸ ਵਕਤ ਸੂਡਰਲੈਂਡ ਦੇ ਵਿੱਚ ਜਲਾਵਤਨ ਦੀ ਜ਼ਿੰਦਗੀ ਕੱਟ ਰਹੇ ਨੇ ਸਰਦਾਰ ਸਤਨਾਮ ਸਿੰਘ ਜਿਹੜੇ ਕਿ ਚੰਡੀਗੜ੍ਹ ਤੋਂ ਸਨ ਸਰਦਾਰ ਗੁਰਪ੍ਰੀਤ ਸਿੰਘ ਰੁਪਿੰਦਰ ਸਿੰਘ ਜਿਹੜੇ ਕਿ ਨਾਗਰੀ ਤੋਂ ਸਨ ਇਹ ਮੰਗ ਦੁਹਰਾਇ ਗਈ ਸੀ ਕਿ ਸਿੱਖਾਂ ਨੂੰ ਇੱਕ ਸੀਟ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ ਬਾਅਦ ਦੇ ਵਿੱਚ ਇਸੇ ਹੀ ਗੱਲ ਨੂੰ ਲੈ ਕੇ ਗੰਗਾ ਸਿੰਘ ਢਿੱਲੋਂ ਨੇ ਵੀ ਇਸ ਮਤੇ ਦੀ ਪ੍ਰਵੋਟਾ ਕੀਤੀ ਸੀ ਆਈਡੀਨ ਪਾਵਰ 15 ਮਾਰਚ 1984 ਵਾਲੇ ਦਿਨ ਭਾਰਤ ਦੀ ਸਰਕਾਰ ਦੇ ਉੱਪਰਲੇ ਸਦਨ ਭਾਵ ਰਾਜ ਸਭਾ ਦੇ ਵਿੱਚ ਇਸ ਗੱਲ ਦਾ ਮਤਾ ਪਾਸ ਕੀਤਾ ਗਿਆ ਸੀ ਕਿ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਉੱਪਰ ਪਾਬੰਦੀ ਲਗਾਈ ਜਾਵੇ। ਇਸ ਪਾਬੰਦੀ ਲਗਾਏ ਜਾਣ ਦੇ ਮਤੇ ਦੇ ਖਿਲਾਫ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਨੇ ਵੀ ਐਲਾਨ ਕਰ ਦਿੱਤਾ ਸੀ ਕਿ ਜੇ ਉਨ੍ਹਾਂ ਦੀ ਫੈਡਰੇਸ਼ਨ ਉੱਪਰ ਪਾਬੰਦੀ ਲਗਾਈ ਗਈ ਤਾਂ ਉਹ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਇਮਤਿਹਾਨ ਨਹੀਂ ਹੋਣ ਦੇਣਗੇ। ਔਰ ਇਹ ਜਿਹੜੇ ਇਮਤਿਹਾਨ ਸਨ ਉਹ ਜੁਲਾਈ ਮਹੀਨੇ ਦੇ ਵਿੱਚ ਸ਼ੁਰੂ ਹੋਣੇ ਸਨ। सो so, आज के दिन यानी कि 15 मार्च उन्नीस सौ वाले दिन कि मैं कहनी उन्नीस सौ अठासी वाले दिन ये मता पास किमें कहने अज के दिन यह भी मता पास होयानी सौ अठासी वाले दिन के पंजाब के तीन सालों के एमरजेंसी लगाई जाए और इस गल बकायदा राज्यसभा बिल पास कर दिता गया ਵੋਟਾਂ ਨੂੰ ਕਿ ਪੰਜਾਬ ਦੇ ਵਿੱਚ 3 ਸਾਲ ਦੇ ਲਈ ਐਮਰਜੈਂਸੀ ਲਗਾਈ ਜਾਵੇ ਵੋਟਾਂ ਤੇ ਪਾਇਆ ਜਾਣ ਦੀ ਜਿਹੜੀ ਕਿਰਿਆ ਸੀ ਉਹ ਕਲੋਜ਼ਸ ਦੇ ਮੁਕਾਬਲ ਸੀ ਲੇਕਿਨ 54 ਦੇ ਮੁਕਾਬਲੇ 157 ਵੋਟਾਂ ਦੇ ਨਾਲ ਇਹ ਮਤਾ ਪਾਸ ਕੀਤਾ ਗਿਆ ਸੀ ਸੋ ਇਹ ਸਾਨੂੰ ਇਤਿਹਾਸਿਕ ਦਿਹਾੜੀ ਜਿਨ੍ਹਾਂ ਦਾ ਸੰਬੰਧ ਸਿੱਖ ਇਤਿਹਾਸਕਤਾ ਦੇ ਨਾਲ ਹੈ